ਜਿਨ੍ਹਾਂ ਦੇ ਕਲਾਮ ਮਕਬੂਲ ਹੋਏ ਨੇ ਤੁਸੀਂ ਉਹਨਾਂ ਦੀ ਹਰ ਰੰਗ ਔਰ ਜਿਸ ਵੀ ਰੰਗ ਦੇ ਵਿੱਚ ਉਹਨਾਂ ਨੇ ਗਾਇਆ ਉਹਨਾਂ ਦੇ ਗੀਤਾਂ ਨੂੰ ਅਸੀਂ ਸਾਰੇ ਸਲਾਉਂਦੇ ਹਾਂ ਪਿਆਰ ਕਰਦੇ ਹਾਂ ਔਰ ਅੱਜ ਸਭਨਾਂ ਦੀਆਂ ਦੁਆਵਾਂ ਦੇ ਨਾਲ ਅਸੀਂ ਸਾਰੇ ਹੀ ਇੱਥੇ ਪਹੁੰਚ ਕੇ ਜਿਹੜੀਆਂ 17ਵਾਂ ਇਹ ਜੋ ਹਜ਼ਰਤ ਪੀਰ ਬਾਬਾ ਖਵਾਜਾ ਜੀ ਮਹਾਰਾਜ ਜੀ ਦੀ ਸਰਕਲ ਤੇ ਇਹ ਉਰਸ ਮਨਾਉਣ ਲਈ ਇਕੱਠੇ ਹੋਏ ਹਾਂ ਜਿਨ੍ਹਾਂ ਵੀ ਇਲੈਕਟਰਲ ਮੀਡੀਆ ਪਹੁੰਚਿਆ ਉਹਨਾਂ ਦਾ ਵੀ ਧੰਨਵਾਦ ਪੰਜਾਬ 123 ਪੰਜਾਬ 123 ਜਿਸ ਚੈਨਲ ਤੇ ਲਾਈਵ ਕਵਰੇਜ ਹੋ ਰਹੀ ਹੈ ਲਾਈਵ ਜਿਹੜੇ ਘਰਾਂ ਦੇ ਵਿੱਚ ਬੈਠੇ ਲੋਕ ਇਸ ਮੇਲੇ ਨੂੰ ਦੇਖ ਰਹੇ ਨੇ ਦਾਤਾ ਸਰਕਾਰ ਸਭਨਾਂ ਤੇ ਕਰਮ ਨਵਾਜ਼ੀ ਬਣਾਈ ਰੱਖੇ ਔਰ ਸਹੋਤਾ ਲਾਈਟ ਸਟੂਡੀਓ ਉਹਨਾਂ ਦਾ ਵੀ ਧੰਨਵਾਦ ਸੂਰੀ ਹਸਪੀਟਲ ਤੋਂ ਜੋ ਮੈਡੀਕਲ ਕੈਂਪ ਲਗਾਇਆ ਗਿਆ ਸੋ ਸਾਰੇ ਪਰਿਵਾਰਾਂ ਦਾ ਇੱਧਰ ਰੈਸਟੋਰੈਂਟ ਵਾਲੇ ਵੀ ਸੋ ਸਾਰਿਆਂ ਦੀਆਂ ਸੇਵਾਵਾਂ ਸ਼ਾਮਾ ਨੂਰ ਬੇਦੀ ਨੂਰਪੁਰ ਬੇਦੀ ਇੱਕ ਆਪਣੇ ਆਪ 'ਚ ਬੜਾ ਵੱਡਾ ਪਿੰਡ ਹੈ ਇਹ ਸੋ ਮਾਲਕ ਤੁਹਾਨੂੰ ਵੀ ਚੜ੍ਹਦੀ ਕਲਾ ਰੱਖੇ ਪਰਮਾਤਮਾ ਇਸੇ ਤਰ੍ਹਾਂ ਅਗਲੀ ਹਾਜ਼ਰੀ ਤਿਆਰ ਹੈ ਸੁਰ ਸੁਰ 'ਚ ਹੋ ਜਾਣ ਉਸ ਤੋਂ ਬਾਅਦ ਉਸ ਖੂਬਸੂਰਤ ਆਵਾਜ਼ ਉਸ ਹਾਜ਼ਰੀ ਨੂੰ ਮੰਚ 'ਤੇ ਸੱਦਾ ਦੇਵਾਂਗੇ ਸੋ ਮੈਂ ਹੁਣ ਗੁਜ਼ਾਰਿਸ਼ ਕਰੂੰਗੀ ਰਵੀ ਭਾਅ ਜੀ ਨੂੰ ਆਪਣੀ ਸ਼ਬਦਾਵਲੀ ਦੇ ਨਾਲ ਆਪਣੀ ਵੀ ਹਾਜ਼ਰੀ ਲਗਾਉਂਦੇ ਹੋਏ ਔਰ ਇੱਕ ਵਾਰੀ ਦੋ ਹੱਥ ਉੱਪਰ ਕਰ ਲਓ ਕਰੋ ਫਿਰ ਹੁਣ ਦੋ ਹੱਥ ਉੱਪਰ ਜਿਨ੍ਹਾਂ ਦੇ ਰਹਿ ਗਏ ਉਹ ਸਮਝਾਂਗੇ ਕਿ ਅਜੇ ਕਮੀ ਆ ਕੋਈ ਜਿਹੜੇ ਇਸ ਦਰਬਾਰ ਦੇ ਨਾਲ ਪਿਆਰ ਕਰਦੇ ਨੇ ਜਿਹੜੇ ਆਪਣੇ ਆਪਣੇ ਪੀਰਾਂ ਫਕੀਰਾਂ ਮੁਰਸ਼ਦਾਂ ਗੁਰੂਆਂ ਦੇ ਨਾਲ ਪਿਆਰ ਕਰਦੇ ਨੇ ਕਹਿ ਦਿਓ ਫਿਰ ਜੈ ਕਰਾ ਹਜ਼ਰਤ ਪੀਰ ਬਾਬਾ ਖਵਾਜਾ ਜੀ ਮਹਾਰਾਜ ਜੀ ਦਾ ਜੈ ਕਰਾ ਦਾਤਾ ਅਲੀ ਅਹਿਮਦ ਸਰਕਾਰ ਜੀ ਦਾ ਜੈ ਕਰਾ ਉਦੇਸੀਆਂ ਵਾਲੀ ਸਰਕਾਰ ਜੀ ਦਾ ਸੋ ਪੁਰਸੁਰ ਤਾਲੀਆਂ ਵਜਾ ਦਿਓ ਮੇਰੇ ਵੱਲੋਂ ਜਿੰਨੇ ਵੀ ਦਰਬਾਰਾਂ ਤੋਂ ਆਏ ਨੇ ਉਹਨਾਂ ਨੂੰ ਇਸਤਕਬਾਲ ਕਰਦੇ ਹਾਂ ਥੈਂਕ ਯੂ ਤੋ ਮੈਡਮ ਆਸ਼ੀਸ਼ ਜੀ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਹਾਦਰ ਬਲਬੀਰ ਸਿੰਘ ਜੀ ਕਕਰਾਲੇ ਵਾਲੇ ਇਸ ਦਰਬਾਰ ਤੇ ਪਹੁੰਚੇ ਨੇ ਆਪਣੀ ਪੂਰੀ ਸੰਗਤ ਦੇ ਨਾਲ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਲੱਕੀ ਕਪਲਾ ਜੀ ਮੇਰੇ ਵੀਰ ਜੀ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਲੱਕੀ ਕਪਲਾ ਜੀ ਜਿਹੜੇ ਇਸ ਦਰਬਾਰ ਦੇ ਵਿੱਚ ਹਮੇਸ਼ਾ ਹੀ ਸਾਧ ਸੰਗਤ ਜੀ ਇਸ ਦਰਬਾਰ ਦੇ ਵਿੱਚ ਪਹੁੰਚਦੇ ਨੇ ਤੋ ਯਾਤਰਾ ਸ਼੍ਰੀ ਵੈਸ਼ਨੋ ਦੇਵੀ ਜੀ ਮਿਤੀ 23 ਔਰ 26 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ ਪਿੰਡ ਗੰਗੂਵਾਲ ਤੋਂ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੀ ਕਿ 23 ਤੋਂ ਲੈ ਕੇ 26 ਮਈ ਦੇ ਵਿੱਚ ਇਸ ਯਾਤਰਾ ਦੇ ਵਿੱਚ ਸਾਰਿਆਂ ਨੇ ਪਹੁੰਚਣਾ ਤੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਲੱਕੀ ਕਪਲਾ ਜੀ ਤੇ ਜਿੱਦੂ ਕਪਲਾ ਜੀ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਭਾਜੀ ਰਾਜ ਕੁਮਾਰ ਜੀ ਚੰਦੇਲ ਸਰਪੰਚ ਸਾਹਿਬ ਜੀ ਪਿੰਡ ਚੈਰੀ ਹੋਂਡਾ ਅਨੰਦਪੁਰ ਸਾਹਿਬ ਤੋਂ ਜੀ ਬਹੁਤ ਬਹੁਤ ਮਾਣ ਕਰਕੇ ਗਏ ਨੇ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਜੀ ਸ਼ਮੀ ਸਰਪੰਚ ਡੇਰਾ ਧੰਨ ਧੰਨ ਬਾਬਾ ਸ਼ੇਰਨਾ ਜੀ ਉਹ ਵੀ ਇਸ ਦਰਬਾਰ ਦੇ ਵਿੱਚ ਪਹੁੰਚੇ ਨੇ ਮੈਂ ਸਾਰਿਆਂ ਦਾ ਕੋਟਨ ਕੋਟਨ ਧੰਨਵਾਦ ਕਰਦਾ ਮਾਫ ਕਰਨਾ ਜੇ ਕਿਸੇ ਦਾ ਕੋਈ ਨਾਂ ਰਹਿ ਗਿਆ ਹੋਵੇ ਦੂਸਰੇ ਟੈਂਕ ਦੇ ਵਿੱਚ ਅਨਾਉਂਸ ਕਰਾਂ ਛੇ ਛੇ ਹੇ ਲਾਈਨ ਕੀ ਬੜਾ ਉਹ ਲੱਗਾ ਉਹ
ਨਿੰਦਰ ਉਹ 30 ਛੱਡ ਦੇ ਫਿਰ 30 ਛੱਡ ਦੇ चल निंद्रा करा के फिर और साढ़े बिच लक्की कपला जी वो भी तशरीफ फरमाने जी आया वेलकम है इस्तकबाल होर नामा दी लिस्ट एक्चुअली इस एरिए दे भेती ने ना फिर ये नाम चंगी तरह बोल लेंदे ने ते मेरे वालों सेम टू यू होंदा हाँ जी बोलो थैंक यू जी थैंक यू बोलो वैसे मेरे वास्ते या राशि जी वास्ते तकरीबन तकरीबन काफी खुला टाइम चाहिए ठीक है जी पर फिर भी आप शॉर्टकट के साढ़े बहुत ही सत्कार जो वॉल्यूम दे दो वीर जी माड़ी जी राजकुमार सरपंच साहब जी बलहेड़ी तो ठीक है जी राजकुमार सरपंच साहब जी बलहेड़ी तो राज होंडा आनंदपुर साहब और चेतन कुमार तवश चंदेल सरपंच साहब जी बलहेड़ी तो मैं इन्हों सारे वीर का बहुत बहुत धन्यवाद करता क्योंकि जिनी भी संगत आई है दाता जी के दरबार के उत्ते प्यार बख्श रही है और दीदी सरकार जी इस तरह अपने कदमों के नाल ला के साडे बेड़े पार कर रही है सो बहुत बहुत मेहरबानी जी लक्की कपला जी और उन्होंने सारी टीम का बहुत बहुत धन्यवाद राजकुमार जी सरपंच साहब बकरेड़ी तो सो जी आया नू जी वेलकम राज हांडा जी आनंदपुर साहब तो और चेतन कुमार जी सो मेरे वालों सारे नू बहुत बहुत मुबारकबाद और तविश चंदेल जी सरपंच ये भी
ਬਦਲੇੜੀ ਤੋਂ ਸੋ ਸਾਰਿਆਂ ਨੂੰ ਮੇਰੇ ਵੱਲੋਂ ਵੈਲਕਮ ਹੈ ਜੀ ਇਸਤਕਬਾਲ ਇਧਰ ਸੁਰ ਸੁਰ ਚ ਹੋ ਰਹੇ ਨੇ ਇੱਕ ਤਾਲੀ ਡਾਕਟਰ ਰਾਹਤ ਇੰਦੋਰੀ ਸਾਹਿਬ ਜੀ ਦੇ ਲਈ ਵਜਾ ਦਿਓ ਇੰਦੋਰੀ ਸਾਹਿਬ ਬਹੁਤ ਵੱਡੀ ਕਲਮ ਹੈ ਇੱਕ ਉਹਨਾਂ ਦਾ ਲਿਖਿਆ ਸ਼ੇਅਰ ਬੋਲ ਰਹੀ ਹਾਂ ਮੈਂ मोबाइल नवा शहर फैशन लवर सो सारे नु बहुत बहुत मुबारक जी इन्हों को सारे को ना माया आनी थानू वो फिर वंड के इकट्ठे करांगे बस मैं क्या मैं दस दवा सो मैं राहत इंदौरी साहब का जिक्र किया पर मैं मैनु आप नु ही शर्म आ गई नाम लेंदे आ तुसी ताड़ी भी नहीं बजाउंदे उहनां दे लई ओ बहुत उमदा कलम है एक उहनां दा लिखिया शेयर है बूटा भाजी तुहानू ते पता है एक मिनट प्लीज उन्हां दीआं लाइनां जाया ना होन मेरा दिल कीता उन्हां दीआं लाइनां सुनाउण लई अजकल दी जिहड़ी दुनियादारी अजकल दी जिहड़ी उस्तादी शागिरदी है वह इन्नी कु रह गई है जदों मतलब निकल जांदा ते आप ही उस्ताद बनना शुरू कर गए ने लोग कुछ इसे तरह का राहत इंदौरी साहब ने लिखिया कि अंधेरे रात भर साए साए करने लगे अंधेरे रात भर साए साए करने लगे और दुआएं हाथ उठाकर क्योंकि जदों हनेरियां दे विच दुआवां आ जांदियां कि अंधेरे रात भर साए साए करने लगे और अंधेरे हाथ उठाकर दुआएं करने लगे अरे जिनको सलीका सिखाया था हमने उंगली पकड़कर चलने का आज वही हमें दाएं बाएं करने लगे कि फिर छिड़ी बातें वफा फूलों का मौसम आ गया पाजी ऐसे तो ही मतलब है फिर छिड़ी बातें वफा फूलों का मौसम आ गया गीत का और गजल का नगमों का मौसम आ गया गीत का और गजल का नगमों का मौसम आ गया हर कोई अब जोड़ता है हमसे एक रिश्ता नया हर कोई अब जोड़ता है हमसे एक रिश्ता नया अरे कामयाबी क्या मिली रिश्तों का मौसम आ गया बजा दियो तालियां कह दियो हर हर महादेव एक ताड़ी श्री श्री 1008 बापू गंगादास जी महाराज और श्री श्री 1008 बापू कुंभदास जी महाराज जी दे लई ए जिन्नी संगत है भागां वाले पुरजोर तालियां बजा दियो कि है साम दाम दंड भेद का नया चलन है साम दाम दंड भेद का नया चलन अरे जो यहां सुपात्र है वही कुपात्र है कह दियो फिर हर हर महादेव आज बस हले हजरत ख्वाजा बली सरकार जिन्हों का ये मुकद्दस दरबार पाक और पवित्र दरबार और इस मुकद्दस दरबार की हाजरी भरी सारी संगत सालाना मेले दियाँ सालाना उर्स दियाँ सारिया संगतों को बूटा मुहम्मद ग्रुप के वलों बहुत बहुत मुबारकबाद शुक्रगुजार दरबार के गद्दी नशीन दीदी सरकार लाडी बादशाह जी सोनू जी ते दरबार नाल जुड़ी सारी संगत वक् वक् दरबारों तो आए हुए सारे फकीर रब दे रंग विच रंगियां ओ फकीर रूहां सारिआं दा इस्तकबाल करदे आ अपने पूरे संगीत परिवार दे वल्लों और खास करके उदेसियां दरबार तो साडे बीबी जी जिन्हां दी सारी ए संगत जिन्हां विचों साडी बीबी अमरजीत कौर जी गुरनाम भाजी और नाल दी नाल माई किरणा जी माई सोनिया जी ते होर भी जिन्नी भी संगत दरबार तो पहुंची है सारे नूं असीं इस ते इकबाल करदे ते दर्जा बदर्जा जिन्नी भी संगत दरबार की खिदमत करदे पए हो दरबार की हाजरी भरदे हो ख्वाजा बली सरकार तुहाडियां सब दियां हाजरियां लेखे विच लाउण और सारिआं दा इस दरबार ते आना सफल होवे ये साडी दुआ है इस दरबार विच बहुत सारे फनकार जिन्होंने हुण तक इस मुकद्दस दरबार में अपनी हाजरी भरी है आशु चोपड़ा जी जिन्होंने अपने बहुत ही बखूबी बोलों के नाल क्योंकि
ਇਹਨਾਂ ਕੋਲ ਤੇ ਐਸਾ ਖਜ਼ਾਨਾ ਜਿਹੜਾ ਕਦੇ ਮੁੱਕਦਾ ਹੀ ਨਹੀਂ ਆਪਣੇ ਬਹੁਤ ਅੱਛੇ ਅੱਛੇ ਬੋਲਣ ਨਾਲ ਸਾਰੇ ਫਨਕਾਰਾਂ ਨੂੰ ਤੁਹਾਡੇ ਸਭ ਦੇ ਉਭਰੂ ਕੀਤਾ ਹੈ ਨਾਲ ਜੱਸੀ ਬਾਜੀ ਉਹ ਵੀ ਆਪਦੇ ਨਾਲ ਰੂਬਰੂ ਸਨ ਔਰ ਸ਼ਾਮਾ ਸਾਊਂਡ ਨੂਰਪੁਰ ਬੇਦੀ ਤੋਂ ਸਾਡਾ ਛੋਟਾ ਭਾਈ ਨਿੰਦਰ ਜਿਨ੍ਹਾਂ ਦੀ ਬਦੌਲਤ ਸਾਡੇ ਸਾਰਿਆਂ ਦੀ ਸਾਰੇ ਕਲਾਕਾਰਾਂ ਦੀ ਆਵਾਜ਼ ਤੁਹਾਡੇ ਸਾਰਿਆਂ ਤੱਕ ਪਹੁੰਚ ਰਹੀ ਹੈ ਇਹਨਾਂ ਦੇ ਵੀ ਸ਼ੁਕਰਗੁਜ਼ਾਰ ਹਾਂ ਲਓ ਜੀ ਜਿੰਨੀ ਵੀ ਸੰਗਤ ਦਰਬਾਰ ਦੀ ਹਾਜ਼ਰੀ ਭਰਦੀ ਪਈ ਹੈ ਸਾਡੀਆਂ ਮਾਤਾਵਾਂ ਭੈਣਾਂ ਵੀਰ ਬਜ਼ੁਰਗ ਬੱਚੇ ਇੱਕ ਵਾਰੀ ਦਰਬਾਰ ਵਾਸਤੇ ਜਰਾ ਜ਼ੋਰਦਾਰ ਤਾਲੀ ਹੋਣੀ ਚਾਹੀਦੀ ਤੁਹਾਡੇ ਸਾਰਿਆਂ ਵੱਲੋਂ ਜ਼ੋਰਦਾਰ ਤਾਲੀ ਦਰਬਾਰ ਦੇ ਵਾਸਤੇ ਤਾਂ ਕਿ ਆਪਾਂ ਸਾਰੇ ਹੀ ਦਰਬਾਰ ਦੇ ਵਿੱਚ ਹਾਜ਼ਰ ਹੋ ਜਾਈਏ ਅਤੇ ਆਪਣੀ ਹਾਜ਼ਰੀ ਇਸ ਦਰਬਾਰ ਵਿੱਚ ਲੱਗ ਜਾਵੇ ਅਤੇ ਆਪ ਸਾਰੇ ਜਾਣਦੇ ਹੋ ਕਿ ਪਿਛਲੇ ਸਾਲਾਂ ਤਰ੍ਹਾਂ ਇਸ ਸਾਲ ਵੀ ਤੁਹਾਡੇ ਸਭ ਦੇ ਰੂਬਰੂ ਉਸ ਆਵਾਜ਼ ਨੂੰ ਮੈਂ ਤੁਹਾਡੇ ਸਭ ਨਾਲ ਮੁਖਾਤਿਬ ਕਰਾਉਣ ਜਾ ਰਿਹਾ ਜਿਹੜੇ ਕਿ ਇਸ ਦਰਬਾਰ ਦੇ ਸੇਵਾਦਾਰ ਨੇ ਝਾੜੂਦਾਰ ਨੇ ਔਰ ਹਰ ਸਾਲ ਸਾਨੂੰ ਦੀਦੀ ਸਰਕਾਰ ਦਾ ਹੁਕਮ ਹੁੰਦਾ ਤਾਂ ਅਸੀਂ ਉਸ ਹੁਕਮ ਦੇ ਵਧੇ ਹੋਏ ਸੰਗਤਾਂ ਦੀ ਖਿਦਮਤ ਕਰਨ ਦੇ ਵਾਸਤੇ ਪਹੁੰਚ ਜਾਂਦੇ ਹਾਂ ਉਹੀ ਆਵਾਜ਼ ਹਾਲੇ ਚਾਂਦੀ ਦਿਨ ਪਹਿਲਾਂ ਬੂਟਾ ਮੁਹੰਮਦ ਜੀ ਯੂਰਪ ਦਾ ਇੱਕ ਬਹੁਤ ਵਧੀਆ ਟੂਰ ਉੱਥੇ ਦੇ ਲੋਕਾਂ ਦੀ ਖਿਦਮਤ ਕਰਕੇ ਅੱਜ ਮੁੜ ਤੁਹਾਡੀ ਸਭ ਦੀ ਕਚਹਿਰੀ ਵਿੱਚ ਹਾਜ਼ਰ ਹੋਏ ਨੇ ਅਤੇ ਲਾਡੀ ਬਾਦਸ਼ਾਹ ਜੀ ਨਾਲ ਮੇਰੀ ਗੱਲ ਹੁੰਦੀ ਸੀ ਕਹਿੰਦੇ ਭਾਅ ਜੀ ਆ ਜਾਣਗੇ ਮੈਂ ਕਿਹਾ ਜੀ ਆ ਜਾਣਗੇ ਜ਼ਰੂਰ ਉਹਨਾਂ ਨੂੰ ਪਤਾ ਹੈ ਦਰਬਾਰ 'ਤੇ ਸਰਕਾਰਾਂ ਨੇ ਹਾਜ਼ਰੀ ਲਵਾ ਲੈਣੀ ਹੈ ਅਤੇ ਉਹ ਦੇਖੋ ਜੀ ਹਾਜ਼ਰ ਹੋ ਗਏ ਲਾਡੀ ਬਾਦਸ਼ਾਹ ਜੀ ਸਰਕਾਰ ਹਾਜ਼ਰ ਹੋ ਗਏ ਦੀਦੀ ਸਰਕਾਰ ਜਿਹਨਾਂ ਦੀ ਬਹੁਤ ਵੱਡੀ ਰਹਿਨਮਾ ਦੇ ਨਾਲ ਇਹ ਹਰ ਸਾਲ ਸਾਲਾਨਾ ਉਰਸ ਸਾਲਾਨਾ ਮੇਲਾ ਹੁੰਦਾ ਪੰਡਿਤ ਰਾਜਕੁਮਾਰ ਜੀ ਤੁਹਾਨੂੰ ਵੀ ਜੈ ਮਾਤਾ ਦੀ ਜੀ ਅਤੇ ਆਓ ਫਿਰ ਜਰਾ ਜ਼ੋਰਦਾਰ ਤਾਲੀਆਂ ਵਜਾ ਦਿਓ ਤੁਹਾਡੀਆਂ ਜ਼ੋਰਦਾਰ ਤਾਲੀਆਂ ਦੇ ਨਾਲ ਤੁਹਾਡੀਆਂ ਖੂਬਸੂਰਤ ਤਾਲੀਆਂ ਨਾਲ ਤੁਹਾਡੀਆਂ ਤਾਲੀਆਂ ਦੀ ਇਨਵੋਲਵਮੈਂਟ ਦੇ ਨਾਲ ਆਪ ਸਭ ਦੇ ਰੂਬਰੂ ਜਨਾਬ ਬੂਟਾ ਮੁਹੰਮਦ ਬੂਟਾ ਮੁਹੰਮਦ ਬੂਟਾ ਮੁਹੰਮਦ ਤੁਹਾਡੇ ਸਤਿ ਗੁਰੂ ਜਨਾਬ ਬੂਟਾ ਮੁਹੰਮਦ ਜੀ ਖਾਜਾ ਵਾਲੀ ਸਰਕਾਰ ਦੇ ਦਰਬਾਰ ਦੀ ਖਿਦਮਤ ਕਰਨ ਦੇ ਵਾਸਤੇ ਬੂਟਾ ਮੁਹੰਮਦ ਜੀ ਮਿਹਰਬਾਨੀ ਜੀ ਸ਼ੁਕਰੀਆ ਅਤੇ ਆਓ ਤੁਹਾਡੀ ਸਭ ਦੀ ਨਜ਼ਰ ਦਰਬਾਰ ਦੀ ਹਾਜ਼ਰੀ ਭਰਨ ਦੇ ਵਾਸਤੇ ਜਨਾਬ ਬੂਟਾ ਮੁਹੰਮਦ ਜੀ
معزز حاضرین سلانہ عرس سلانہ جوڑ میلہ میری سرکار ہند دی ترتی تے حضرت اجمیر شریف خواجہ پیر سرکار دے جتھے ہر سال پوری دنیا پوری سلام سجدہ کرن واسطے جاندی ہے جڑے اجمیر شریف نہیں جا سکدے انہاں لئی پنجاب دے وچ چندیانی شریف جڑا خواجہ پیر سرکار دا عرس ہوندا ہے سو یہ سارا جڑا سرا ہے دیدی سرکار جنہاں نوں ویکھدیاں نوں جنہاں دے نال محبت نوں تقریباً 25 تو 30 سال ہو گئے ہون گے ایسی دیوانگی میں کسی دے نہیں دیکھی جیسی دیوانگی دیدی سرکار نے سرکار دے نال کیتی ایک واری تالیاں زور دار جا رہی اور وق وق درباراں تو فقیر تشریف لے کے آئے ہے اودیسیاں دربار تو میری سرکار میرے مرشداں دے مرشد بی بی جی دی سنگت میری ماں بی بی امرجیت گرنام پا جی اوتار پا جی سارے تشریف رکھ دے ہے اور ساڈے راج کمار بابا جی مہامائی دے بھگت مہامائی دے دیوانے شکریہ جی مہربانی سو میں آغاز کراں شروعات کراں جنہاں دا میلہ چل رہا میں اتھوں ہی آغاز کراں پھر جیویں جیویں حکم تیویں تے وکار تے میرے تو بعد میرا چھوٹا ویر سردار علی تہاڈی سیوا کرن واسطے پہنچ جانا تے انہاں تو بعد ہور وی کلاکاراں نے آ جانا بس آئی جانا تے جائی جانا تے تسی سارے نوں محبت دینے ہیں ایک واری تالیاں بجا دیو خواجہ پیر سرکار دے ناتے پھر آغاز کریے کی کوشش یہ ہوندی ہے کہ جڑے کلام لاسٹ ایئر تہاڈی نظر دربار وچ کیتے وہ انہاں تو ہٹ کے نویاں حاضریاں دربار وچ اسی تہاڈی نظر پیش کریے کہ کرم سرکاراں دا سرکاراں آپ ہی نویں نویں پھر لکھوا دیندیاں دیدی سرکار حکم کر دیندے اسی گا دینے ہیں خواجہ ولی سرکار دے قدماں دے وچ بالکل نویاں حاضریاں تے کچھ تہاڈیاں سب دیاں جڑیاں فرمائشاں نے وہ ایک ایک کر کے تہاڈی نظر پیش کراں گے آؤ بوٹا محمد جی ٹھیک ہے اجازت ہے جی ساریاں سنگتاں ولوں ایک تالی بجا کے اجازت دے دو جی بہت بہت مہربانی जिंदे नी लोकी तरदे मैं बेखे जिन्होंने ख्वाजा पीर नाल यारी लाई तरदे वेखे जिन्होंने
ਇਹਨਾਂ ਦੀ ਰਹਿਮਤਾਂ ਦਾ ਸਦਕਾ ਹਜ਼ਰਤ ਗੌਂਸ ਪਾਕ ਸਰਕਾਰ ਨੇ 12 ਸਾਲਾਂ ਬਾਅਦ ਬੇੜਾ ਡੁੱਬਾ ਪਾਰ ਲਾਇਆ ਇਹ ਸਾਰੀਆਂ ਸਰਕਾਰਾਂ ਦੀ ਰਹਿਮਤ ਹੈ ਤੇ ਉਹੀ ਤਰਦੇ ਹੈ ਬਿਲਕੁਲ ਨਵਾਂ ਸੂਫੀਆਨਾ ਕਲਾਮ ਹਾਂਜੀ ਰੈਡੀ 1 2 1 2 ਜਿੰਦੇ 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 ਨੀ ਜਾਵਾ ਸਦਕੇ ਮੈਂ ਵਾਰੀ
खास करके तुहाडे लई है नी जिंदे 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 नी बन जा जिंदे 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 तू बन ले मेरा तू कहना जिंदे 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 तू बन ले मेरा तू कहना नी जिंदे 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 नी मन ले मेरा तू कहना जिंदे 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 नी बन ले मेरा तू कहना नौकर बन के अजमेर शरीफ दी दुनिया तो ਕਹਿੰਦਾ ਸਭ ਤੋਂ ਪਹਿਲਾਂ ਸਾਈ ਰਾਮੇ ਸ਼ਾਹ ਜੀ ਲੁਧਿਆਣੀ ਤੋਂ ਔਰ ਸਾਈ ਸੋਨੂ ਸ਼ਾਹ ਜੀ ਮਿਆਣੀ ਤੋਂ ਸਾਡੇ ਸਾਈ ਸੋਨੂ ਸ਼ਾਹ ਜੀ ਹੁਣੇ ਹੁਣੇ ਤਸ਼ਰੀਫ ਲੈ ਕੇ ਆਏ ਮੈਂ ਉਹਨਾਂ ਨੂੰ
ਵੈਲਕਮ ਕਹਿਣਾ ਦੀਦੀ ਸਰਕਾਰ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਸਾਰੀਆਂ ਸੰਗਤਾਂ ਵੱਲੋਂ ਤੁਹਾਡਾ ਵੈਲਕਮ ਖੁਸ਼ਾਮਦੀਦ ਸ਼ੁਕਰਗੁਜ਼ਾਰ ਹਾਂਜੀ ਧੰਨ ਧੰਨ ਬਾਬਾ ਸ਼ੇਰਨਾਥ ਜੀ ਧਾਮ ਧਾਮ ਉਦਨੋਵਾਲ ਉਹਨਾਂ ਦੇ ਨਾਂ 'ਤੇ 501 ਰੁਪਇਆ ਸਪੈਸ਼ਲ ਨਾਮ ਆਇਆ ਸ਼ਮੀ ਜੀ ਕਿਉਂਕਿ ਉਹਨਾਂ ਨੇ ਪਹਿਲੇ ਮੇਰੇ ਕੋਲ ਲਿਖਾਇਆ ਸੀ ਸੋਨੂ ਸ਼ਾਹ ਜੀ ਰਮੇਸ਼ ਸ਼ਾਹ ਜੀ ਨਨਿਆਣੀ ਤੋਂ ਜੀ ਇੱਥੇ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਾਣਯੋਗ ਸ਼ਮੀ ਸਰਪੰਚ ਸਾਹਿਬ ਧੰਨ ਧੰਨ ਬਾਬਾ ਸ਼ੇਰਨਾਥ ਧਾਮ ਉਦਨੋਵਾਲ ਜਿੱਥੇ ਕਿ 31 ਤੋਂ ਲੈ ਕੇ 6 ਤਰੀਕ ਤੱਕ ਦਾਤਿਆਂ ਦਾ ਉਰਸ ਮਨਾਇਆ ਜਾ ਰਿਹਾ ਹੈ ਸਾਰਿਆਂ ਨੇ ਹੁਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਗੌਰੀ ਗਣਪਤੀ ਜਿਊਲਰਸ ਪੱਦੀ ਰੋਡ ਬਲਾਚੌਰ ਵਾਲੇ ਉਹਨਾਂ ਦਾ ਵੀ ਧੰਨਵਾਦ ਰਾਜਾ ਵਿਜਨ ਵੇ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਮਲ ਭਾਜੀ ਹੈਪੀ ਬੀ ਐਸ ਇਲੈਕਟ੍ਰੀਕਲ ਮਹਿੰਦੀਪੁਰ ਰੋਡ ਬਲਾਚੌਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸਾਰਾ ਆਸ਼ੀਰਵਾਦ ਦੀਦੀ ਸਰਕਾਰ ਵੱਲੋਂ ਜਿਹੜੇ ਕਿ ਦਰਬਾਰ ਦੇ ਖਿਦਮਤਗਾਰ ਨੇ ਗੱਦੀ ਨਿਸ਼ੀਨ ਨੇ ਲਾਡੀ ਬਾਦਸ਼ਾਹ ਜੀ ਉਹਨਾਂ ਵੱਲੋਂ ਔਰ ਸਾਡੀਆਂ ਸਰਕਾਰਾਂ ਦੇ ਨਾਂ 'ਤੇ ਬੀਬੀ ਜੀ ਦੇ ਨਾਂ 'ਤੇ ਬੀਬੀ ਜੀ ਦੇਸੀਆਂ ਵਾਲੇ ਨਾਂ 'ਤੇ ਬੀਬੀ ਅਮਨਜੀਤ ਕੌਰ ਜੀ ਔਰ ਮਾਈ ਕਿਰਨਾ ਜੀ ਮਾਈ ਸੋਨੀਆ ਜੀ ਗੁਨਾਮ ਭਾਜੀ ਸੁਨਾਮ ਭਾਜੀ ਬਹੁਤ ਸਾਰਾ ਪਿਆਰ ਬਹੁਤ ਸਾਰਾ ਆਸ਼ੀਰਵਾਦ ਔਰ ਸਾਈਂ ਰਾਮੇਸ਼ ਸ਼ਾਹ ਜੀ ਸਾਈਂ ਸੋਨੂ ਸ਼ਾਹ ਜੀ ਉਹਨਾਂ ਦੀ ਆਮਦ ਹੋਈ ਅਸੀਂ ਉਹਨਾਂ ਨੂੰ ਨਿੱਘੀ ਜੀਆ ਨੂੰ ਕਹਿੰਦੇ ਹਾਂ ਅਤੇ ਆਓ ਅਗਲੀ ਹਾਜ਼ਰੀ ਨਾਲ ਬੂਟਾ ਮੁਹੰਮਦ ਜੀ ਲਓ ਜੀ ਮੈਂ ਇਹ ਵੀ ਜਿਹੜੀ ਹਾਜ਼ਰੀ ਪਹਿਲੀ ਵਾਰੀ ਗਾਈ ਹੈ ਅਤੇ ਇੱਕ ਹੋਰ ਹਾਜ਼ਰੀ ਪਹਿਲੀ ਵਾਰੀ ਗਾਉਣ ਲੱਗਿਆ ਸੌਂ ਰੱਬ ਦੀ ਰਹਿਸ ਲਈ ਹੈ ਸਤਸੰਗ ਜੀ ਇੱਕ ਵਾਰੀ ਮੀਆਂ ਰਾਂਝਾ ਅਤੇ ਬੀਬੀ ਹੀਰ ਵਾਸਤੇ ਜ਼ੋਰਦਾਰ ਤਾਲੀਆਂ ਜਾਣੀ ਰਾਂਝਾ ਤਾਂ ਹੀਰ ਬੀਬੀ ਹੀਰ ਅਤੇ ਮੀਆਂ ਰਾਂਝਾ ਵੀ ਤਾਲੀਆਂ ਨਹੀਂ ਵੱਜਿਆ ਰਾਂਝੇ ਉਹ ਆਹਾ ਮੈਨੂੰ ਲੱਗਦਾ ਹੁਣ ਜਿਹੜੇ ਯੰਗਸਟਰ ਰਾਂਝੇ ਸੀ ਉਹ ਚਲੇ ਗਏ ਲੱਗਦੇ ਅਤੇ ਹੁਣ ਸਿਆਣੇ ਸਿਆਣੇ ਰਾਂਝੇ ਬੈਠੇ ਲੱਗਦੇ ਕੋਈ ਤਾਲੀਆਂ ਵੀ ਜਾ ਦਿਓ ਜ਼ੋਰਦਾਰ ਰਾਂਝਾ ਤਾਂ ਰਾਂਝਾ ਹੀ ਹੁੰਦਾ ਭਾਵੇਂ ਹੀਰ ਨੂੰ ਖੇੜੇ ਵਿਆਹ ਕੇ ਲੈ ਜਾਂਦੇ ਹੈ ਅਤੇ ਰਾਂਝਾ ਹੀਰ ਦੀ ਤਲਾਸ਼ ਕਿੱਥੇ ਪਹੁੰਚਦਾ ਗੋਰਖਨਾਥ ਦੇ ਟਿੱਲੇ 'ਤੇ ਮੀਆਂ ਰਾਂਝਾ ਚਲੇ ਜਾਂਦਾ ਬੋਡੀ ਘਟਿਆ ਬੋਡੀ ਅਪ ਗੋਰਖਨਾਥ ਦੇ ਟਿੱਲੇ ਤੋਂ ਜੋਗ ਲੈ ਕੇ ਮੀਆਂ ਰਾਂਝਾ ਅਲਖ ਜਗਾਉਂਦਾ ਜਗਾਉਂਦਾ ਹੌਲੀ 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 ਹੀਰ ਦੇ ਮਹਿਲਾਂ ਤੱਕ ਪਹੁੰਚ ਗਿਆ ਜਦੋਂ ਮਹਿਲਾਂ ਵਿੱਚ ਪਹੁੰਚਿਆ ਰਾਂਝਾ ਅਤੇ ਉਹਨੇ ਅਲਖ ਜਗਾਈ ਅਤੇ ਅੱਗੋਂ ਹੀਰ ਦੀ ਨਨਾਣ ਖੈਰ ਲੈ ਕੇ ਰਾਂਝੇ ਨੂੰ ਪਾਉਣ ਵਾਸਤੇ ਜਦੋਂ ਆਈ ਅਤੇ ਰਾਂਝੇ ਨੇ ਆਖਿਆ ਮੈਂ ਕੁਆਰੀਆਂ ਲੜਕੀਆਂ ਤੋਂ ਖੈਰ ਨਹੀਂ ਲੈਂਦਾ ਅਤੇ ਘਰ ਦੇ ਵਿੱਚ ਕਹਿੰਦਾ ਕੋਈ ਹੋਰ ਮੈਂਬਰ ਹੈ ਅਤੇ ਖੈਰ ਲੈ ਲੈਂਦੇ ਹਾਂ ਕੀ ਹੋਇਆ ਉਹਨੇ ਆਪਣੀ ਭਰਜਾਈ ਨੂੰ ਜਾ ਕੇ ਦੱਸਿਆ ਕਹਿੰਦੀ ਵੀ ਕੋਈ ਬਾਹਰ ਕੋਈ ਸਾਧ ਆਇਆ ਸਾਧਾ ਬਾਣਾ ਬਾਣਾ ਪਾਇਆ ਪਰ ਉਹਨੇ ਮੇਰੇ ਹੱਥੋਂ ਖੈਰ ਨਹੀਂ ਲਈ ਕਹਿੰਦੀ ਅੱਛਾ ਮੈਂ ਵੇਖਦੀ ਹੈ ਉਹਨੇ ਹੀਰ ਨੇ ਖੈਰ ਚੁੱਕੀ ਅਤੇ ਹੌਲੀ ਹੌਲੀ ਰਾਂਝੇ ਦੇ ਕੋਲ ਆ ਗਈ ਜਦੋਂ ਰਾਂਝੇ ਦੇ ਕੋਲ ਆਈ ਖੈਰ ਪਾਉਣ ਲੱਗੀ ਅਤੇ ਉਹਨੇ ਗੌਰ ਨਾਲ ਜਦੋਂ ਵੇਖਿਆ ਹਾਏ 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 ਬਸ ਵੇਖਦੀ ਨਹੀਂ ਵੇਖਦੀ ਉੱਥੇ ਹੀ ਰਹਿ ਗਈ ਅਤੇ ਉਹ ਫਿਰ ਕੀ ਕਹਿੰਦੀ ਹੈ ਹਾਂਜੀ ਜਦੋਂ ਹੀਰ ਖੈਰ ਪਾਉਣ ਲੱਗੀ ਤੇ ਰਾਂਝੇ ਨੂੰ ਕੀ ਕਹਿੰਦੀ ਹੈ ਕਹਿੰਦੀ ਵੇ ਰਾਂਝਿਆ ਵੇ ਤੇਰੇ ਕਰਕੇ ਚੱਲਦੀਆਂ ਸਾਵਾਂ ਵੇ ਬਹਿ ਜਾ ਦੁੱਖੜੇ ਫੋਲ ਸੁਣਾਵਾਂ
ਫਿਰ ਤੇਰੇ ਕਰਕੇ ਚੱਲਦੀਆਂ ਸਾਵਾਂ ਕਰਕੇ ਚੱਲਦੀਆਂ ਸਾਵਾਂ ਬਹਿ ਜਾ ਦੁਖੜੇ ਬੋਲ ਸੁਣਾ ਮੈਂ ਦੁਖੜੇ ਬੋਲ ਸੁਣਾ ਮੈਂ ਫਿਰਦੀਆਂ ਦਰੇ ਦਿਲ ਕੋਈ ਜੋਗਿਆ ਉਹ ਫਿਰਦੀਆਂ ਦਰੇ ਜੇ ਲਗਾਈ ਜੋਗਿਆ ਮੈਂ ਜੋਗਣ ਤੇਰੀ ਹੋਈ ਵੇ ਜੋਗਿਆ ਮੈਂ ਜੋਗਣ ਤੇਰੀ ਹੋਈ ਵੇ ਜੋਗਿਆ ਮੈਂ ਜੋਗਣ ਤੇਰੀ ਹੋਈ ਵੇ ਜੋਗਿਆ ਜੋਗਿਆ ਮੈਂ ਜੋਗਣ ਤੇਰੀ ਹੋਈ ਵੇ ਜੋਗਿਆ ਮੈਂ ਜੋਗਣ ਤੇਰੀ ਹੋਈ ਵੇ ਜੋਗਿਆ ਜੋਗਿਆ ਮੈਨੂੰ ਖੇੜੇ ਵਿਆਹ ਕੇ ਲੈ ਗਏ ਵੀ ਮੈਨੂੰ ਖੇੜੇ ਵਿਆਹ ਕੇ ਲੈ ਗਏ ਵੀ ਤੈਨੂੰ ਕੰਨ ਪੜਵਾਉਣੇ ਪੈ ਗਏ ਵੀ ਤੈਨੂੰ ਕੰਨ ਪੜਵਾਉਣੇ ਪੈ ਗਏ ਉਸੇ ਦਿਨ ਦੀ ਮੋਈ ਹਾਂ ਉਸੇ ਦਿਨ ਦੀ ਮੈਂ ਜੋਗਣ ਤੇਰੀ ਹੋਈ ਵੇ ਜੋਗਿਆ ਮੈਂ ਜੋਗਣ ਤੇਰੀ ਹੋਈ ਵੇ ਜੋਗਿਆ ਮੈਂ ਜੋਗਣ ਤੇਰੀ ਹੋਈ ਵੇ ਜੋਗਿਆ ਕਹਿੰਦੀ ਵੇ ਕੱਲਿਆਂ ਕੱਲਿਆਂ ਦਿਨ ਨਾ ਜਾਣ ਗੁਜ਼ਾਰੇ ਕੱਲਿਆਂ ਦਿਨ ਨਾ ਜਾਣ ਗੁਜ਼ਾਰੇ ਵੇ ਛੇਤੀ ਲੈ ਜਾ ਤਖਤ ਹਜ਼ਾਰੇ ਵੇ ਛੇਤੀ ਲੈ ਜਾ ਤਖਤ ਹਜ਼ਾਰੇ ਵੇ ਕੱਲਿਆਂ ਦਿਨ ਨਾ ਜਾਣ ਗੁਜ਼ਾਰੇ ਵੇ ਛੇਤੀ ਲੈ ਜਾ ਤਖਤ ਹਜ਼ਾਰੇ ਲਾਲ ਕਰੇ ਹਰ ਜੋਈ ਮੈਂ ਜੋਗਿਆ ਲਾਲ ਕਰੇ ਹਰ ਜੋਈ ਮੈਂ ਜੋਗਿਆ ਮੈਂ ਜੋਗਣ ਤੇਰੀ ਹੋਈ ਵੇ ਜੋਗਿਆ ਮੈਂ ਜੋਗਣ ਤੇਰੀ ਹੋਈ ਵੇ ਜੋਗਿਆ ਮੈਂ ਜੋਗਣ ਤੇਰੀ ਹਾਂ ਮੈਂ ਜੋਗਣ ਤੇਰੀ ਹੋਈ ਵੇ ਜੋਗਿਆ ਮੈਂ ਜੋਗਣ ਤੇਰੀ ਹਾਂਜੀ ਸਾਜਨ ਜੀ ਜਦੋਂ ਰਾਂਝੇ ਨੇ ਇਹ ਹੀਰ ਦੀ ਗੱਲ ਸੁਣੀ ਨਾ ਲੈ ਕਹਿੰਦਾ ਆਪ ਤਾਂ ਮਹਿਲਾਂ 'ਚ ਬੈਠੀ ਹੈ ਉਹ ਤੈਨੂੰ ਪਤਾ ਹੀਰੇ ਮੇਰਾ ਕੀ ਹਾਲ ਹੋ ਗਿਆ ਉਹ ਕਹਿੰਦੀ ਵੀ ਰਾਂਝਿਆ ਤੇਰਾ ਕੀ ਹਾਲ ਹੋਇਆ ਰਾਂਝਾ ਪਤਾ ਕੀ ਕਹਿੰਦਾ ਦੀਦੀ ਸਰਕਾਰ ਜੀ ਸਾਈਂ ਜੀ ਕਹਿੰਦਾ ਪਾਈਆਂ ਮੁੰਦਰਾਂ ਤੇ ਕੰਨ ਲੈ ਜੀ ਪਾਈਆਂ ਮੁੰਦਰਾਂ ਤੇ ਪਾਈਆਂ ਮੁੰਦਰਾਂ ਤੇ ਕੰਨ ਲੈ ਜੀ ਪਾਈਆਂ ਹੀਰੇ ਨੀ ਰਾਂਝਾ ਜੋਗੀ ਹੋ ਗਿਆ ਹੀਰੇ ਨੀ ਰਾਂਝਾ ਜੋਗੀ ਹੋ ਗਿਆ ਤੇਰੇ ਪਿਆਰ ਵਿੱਚ ਹੋ ਕੇ ਦਲਗੀ ਤੇਰੇ ਪਿਆਰ ਵਿੱਚ ਹੋ ਕੇ ਦਲਗੀ ਉਹ ਤੇਰੇ ਪਿਆਰ ਵਿੱਚ ਹੋ ਕੇ ਦਲਗੀ ਹੀਰੇ ਨੀ ਰਾਂਝਾ ਜੋਗੀ ਹੋ ਗਿਆ ਹੀਰੇ ਨੀ ਰਾਂਝਾ ਜੋਗੀ ਹੋ ਗਿਆ ਪਾਈਆਂ ਮੁੰਦਰਾਂ ਤੇ ਕੰਨ ਲੈ ਜੀ ਪਾਈਆਂ ਮੁੰਦਰਾਂ ਤੇ ਕੰਨ ਲੈ ਜੀ ਹੀਰੇ ਦੀ ਰਾਂਝਾ ਜੋਗੀ ਹੋ ਗਿਆ ਹਾਏ ਹੀਰੇ ਦੀ ਰਾਂਝਾ ਜੋਗੀ ਹੋ ਗਿਆ ਹੀਰੇ ਦੀ ਰਾਂਝਾ
ਨੀ ਮੈਂ ਪਾਲਿਆ ਫਕੀਰਾਂ ਵਾਲਾ ਪਾੜਾ ਨੀ ਮੈਂ ਪਾਲਿਆ ਫਕੀਰਾਂ ਵਾਲਾ ਪਾੜਾ ਹੋਲੀ ਤੇ ਤੋਂ ਵੀ ਪਛਾਣਿਆ ਨੀ ਜਾਣਾ ਹੀਰੇ ਦੀ ਰਾਜਾ ਚੋਰੀ ਹੋ ਗਿਆ ਹਾਰੇ ਹੀਰੇ ਦੀ ਰਾਜਾ ਚੋਰੀ ਹੋ ਗਿਆ ਨੀ ਪਾਇਆ ਮੁੰਦਰਾ ਤੇ ਕੰਨ ਲੈ ਜੀ ਹੀਰੇ ਦੀ ਰਾਜਾ ਚੋਰੀ ਹੋ ਗਿਆ ਰਾਂਝੇ ਨੂੰ ਗੁੱਸਾ ਆਇਆ ਤੇ ਉਹਨੇ ਹੀਰ ਨੂੰ ਇਹ ਮਿਹਣਾ ਮਾਰ ਦਿੱਤਾ। ਪਰ ਹੀਰ ਕੀ ਕਰਦੀ ਹੈ, ਹੀਰ ਇਹ ਗੱਲ ਸੁਣ ਕੇ ਰਾਂਝੇ ਦੇ ਪੈਰਾਂ 'ਚ ਡਿੱਗ ਗਈ। ਜਦੋਂ ਪੈਰਾਂ 'ਚ ਡਿੱਗ ਗਈ ਹੀਰ ਤੇ ਰਾਂਝੇ ਨੂੰ ਹੱਥ ਫੜਿਆ ਤੇ ਨਾਲੇ ਚੁੰਮਦੀ ਹੈ ਨਾਲੇ ਰੋਂਦੀ ਹੈ, ਨਾਲੇ ਰਾਂਝੇ ਦਾ ਆਪਣੇ ਹੱਥ ਫੜ ਕੇ ਦੁਆ ਕਰਦੀ ਹੈ। ਕੀ ਕਹਿੰਦੀ ਹੈ, ਮੈਂ ਨੀਤੀ ਖੈਰ ਮੰਗਾਂ ਨੀਤੀ ਖੈਰ ਮੰਗਾਂ ਨੀਤੀ ਖੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਮੈਂ ਨੀਤੀ ਖੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਮੈਂ ਨੀਤੀ ਖੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਨੀਤੀ ਖੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਤੇਰੇ ਪੈਰਾਂ ਦੀਆਂ ਖੀਰੂ ਹੋਵੇ ਮੇਰੀ ਤੇਰੇ ਪੈਰਾਂ ਦੀਆਂ ਖੀਰੂ ਹੋਵੇ ਮੇਰੀ ਦੁਆ ਨਾ ਕੋਈ ਹੋਰ ਮੰਗਦੀ ਨੀਤੀ ਖੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਮੈਂ ਨੀਤੀ ਖੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਮੈਂ ਨੀਤੀ ਖੈਰ ਮੰਗਾਂ ਨੀਤੀ ਖੈਰ ਮੰਗਾਂ ਮੰਗਾਂ ਮੈਂ ਨੀਤੀ ਖੈਰ ਮੰਗਾਂ ਨੀਤੀ ਖੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਮੈਂ ਖੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਨੀਤੀ ਖੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਓਏ ਨੀਤੀ ਖੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਮੈਂ ਖੈਰ ਤੇਰੇ ਪੈਰਾਂ ਦੀ ਅਖੀਰੂ ਮੈਂ ਮੇਰੀ ਤੇਰੇ ਪੈਰਾਂ ਦੀ ਅਖੀਰੂ ਹੋਵੇ ਮੇਰੀ ਦੁਆ ਨਾ ਕੋਈ ਹੋਰ ਮੰਗਦੀ ਮੈਂ ਨੀਤੀ ਖੈਰ ਮੰਗਾਂ ਮੈਂ ਨੀਤੀ ਖੈਰ ਮੰਗਾਂ ਨੀਤੀ ਖੈਰ ਨੀਤੀ ਖੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗ ਖੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਓਏ ਖੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਪਾਈਆਂ ਮੁੰਦਰਾਂ ਪਰਮਿੰਦਰ ਭੈਣ ਜੀ ਯਾਦ ਆਏ ਪਰਮਿੰਦਰ ਭੈਣ ਜੀ ਜਦੋਂ ਆਪਣੇ ਅੰਦਰ ਸਟੇਜ ਲੱਗੀ ਹੁੰਦੀ ਪਾਈਆਂ ਮੁੰਦਰਾਂ ਤੇ ਕੰਨ ਲੈ ਜੀ ਪਾਈਆਂ ਮੁੰਦਰਾਂ ਤੇ ਕੰਨ ਲੈ ਜੀ ਹੀਰੇ ਨੀ ਰਾਂਝਾ ਜੋਗੀ ਹੋ ਗਿਆ ਹਾਏ ਹੀਰੇ ਨੀ ਰਾਂਝਾ ਜੋਗੀ ਹੋ ਗਿਆ ਹੀਰੇ ਨੀ ਰਾਂਝਾ ਜੋਗੀ ਹੋ ਗਿਆ ਨੀ ਮੈਂ ਪਾਲਿਆ ਫਕੀਰਾਂ ਵਾਲਾ ਪਾੜਾ ਨੀ ਮੈਂ ਪਾਲਿਆ ਫਕੀਰਾਂ ਵਾਲਾ ਪਾੜਾ ਹੋਰੀ ਤੇ ਸੋਹਣੀ ਪੁਛਾਣੀ ਆਲੀ ਜਾਣਾ ਏ ਵੀ ਰਾਜਾ ਜੋਗੀ ਹੋ ਗਿਆ ਏ ਵੀ ਰਾਜਾ ਜੋਗੀ ਹੋ ਗਿਆ ਪਾਈਆਂ ਮੁੰਦਰਾਂ ਤੇ ਕੰਨ ਲੈ ਜੀ ਪਾਈਆਂ ਮੁੰਦਰਾਂ ਤੇ ਕੰਨ
ਵੇ ਤੇਰੇ ਕਰਕੇ ਚੱਲਦੀਆਂ ਸਾਵਾਂ ਬਹਿ ਜਾ ਦੁਖੜੇ ਹੋਰ ਸੁਣਾ ਮੈਂ ਦੁਖੜੇ ਹੋਰ ਸੁਣਾ ਤੇਰੇ ਕਰਕੇ ਚੱਲਦੀਆਂ ਸਾਵਾਂ ਬਹਿ ਜਾ ਦੁਖੜੇ ਹੋਰ ਸੁਣਾ ਮੈਂ ਦੁਖੜੇ ਹੋਰ ਸੁਣਾ ਉਹ ਫਿਰਦੀਆਂ ਦਾ ਰਿਸ਼ਤੇ ਮੈਂ ਜੋਗਣ ਤੇਰੀ ਹੋਏ ਜੋਗਿਆ 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 ਮੈਂ ਜੋਗਣ ਤੇਰੀ ਹੋਈ ਵੇ ਜੋਗੀ ਆ ਨਵੀਂ ਹਾਜ਼ਰੀ ਨਾਲ ਸੀ ਆਪ ਸਭ ਦੇ ਰੂਬਰੂ ਜਨਾਬ ਬੂਟਾ ਮੁਹੰਮਦ ਜੀ ਔਰ ਸੰਗਤਾਂ ਦੇ ਵੱਲੋਂ ਅਤੇ ਸਰਕਾਰਾਂ ਵੱਲੋਂ ਬਹੁਤ ਸਾਰਾ ਆਸ਼ੀਰਵਾਦ ਸਾਰੀਆਂ ਸੰਗਤਾਂ ਦੇ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਜਿਨ੍ਹਾਂ ਨੇ ਵੀ ਬਹੁਤ ਸਾਰਾ ਪਿਆਰ ਬਹੁਤ ਸਾਰਾ ਮਾਣ ਕੀਤਾ ਅਤੇ ਦਰਬਾਰ ਦੇ ਖਿਦਮਤਗਾਰ ਦੀਦੀ ਸਰਕਾਰ ਉਹਨਾਂ ਵੱਲੋਂ ਬਹੁਤ ਸਾਰੀ ਰਹਿਮਤ ਬਹੁਤ ਸਾਰਾ ਪਿਆਰ ਮਿਲਿਆ ਉਹਨਾਂ ਦੇ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਲਾਡੀ ਪਾਤਸ਼ਾਹ ਜੀ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਅਤੇ ਹੋਰ ਜਿੰਨੀ ਵੀ ਸੰਗਤ ਖਵਾਜਾ ਬਲੀ ਸਰਕਾਰ ਦੇ ਦਰਬਾਰ ਦੀ ਹਾਜ਼ਰੀ ਭਰਦੀ ਪਈ ਹੈ ਸਾਰਿਆਂ ਨੇ ਮਾਣ ਕੀਤਾ ਹੈ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਆਓ ਫਿਰ ਕਿਉਂਕਿ ਆਰਟਿਸਟ ਬਹੁਤ ਜ਼ਿਆਦਾ ਹਾਲੇ ਜਿਨ੍ਹਾਂ ਨੇ ਦਰਬਾਰ ਵਿੱਚ ਆਪਣੀ ਹਾਜ਼ਰੀ ਭਰਨੀ ਹੈ ਇਸ ਕਰਕੇ ਲਗਾਤਾਰ ਹੋਰ ਹਾਜ਼ਰੀ ਨਾਲ ਬਿਲਕੁਲ ਨਵੀਆਂ ਨਵੀਆਂ ਹਾਜ਼ਰੀ ਨਾਲ ਆਪ ਸਭ ਦੇ ਰੂਬਰੂ ਜਨਾਬ ਬੂਟਾ ਮੁਹੰਮਦ ਬੋਲ ਸਾਚੇ ਦਰਬਾਰ ਕੀ ਸਤਸੰਗ ਜੀ ਇੱਕ ਸਾਹਮਣੇ ਰੋਡ ਦੇ ਉੱਤੇ ਬਲੈਕ ਕਲਰ ਦੀ ਗੱਡੀ ਖੜ੍ਹੀ ਹੈ ਜੇ ਉਸਦਾ ਮਾਲਕ ਮੇਰੀ ਆਵਾਜ਼ ਸੁਣਦਾ ਹੋਵੇ ਸੇਵਾਦਾਰਾਂ ਦੇ ਵੱਲੋਂ ਹੁਕਮ ਹੈ ਮੇਰੇ ਵੱਲੋਂ ਬੇਨਤੀ ਆ ਉਸ ਗੱਡੀ ਨੂੰ ਥੋੜ੍ਹਾ ਜਿਹਾ ਸਾਈਡ 'ਤੇ ਲਗਾ ਦਿੱਤਾ ਜਾਵੇਗਾ ਸਾਹਮਣੇ ਕਾਲੀ ਗੱਡੀ ਖੜ੍ਹੀ ਹੈ ਇੱਕ ਰੋਡ ਦੇ ਉੱਤੇ ਉਹ ਗੱਡੀ ਸਾਈਡ 'ਤੇ ਲਗਾ ਦਿੱਤੀ ਜਾਵੇ ਬਹੁਤ ਬਹੁਤ ਮਿਹਰਬਾਨੀ ਹਾਂਜੀ ਦਿਨ ਤਨਕ ਦਿਨ ਦਾ ਦਿਨ ਦਾ ਦਿਨ ਦਾ ਹਾਂਜੀ ਆਪਣੇ ਨੌਜਵਾਨਾਂ ਦੀ ਲਾਈਨ ਬੜੀ ਪਿਆਰੀ ਲੱਗੀ ਹੋਈ ਹੈ ਉਹ ਆਪਣਾ ਲਾਡੀ ਪਾਤਸ਼ਾਹ ਜੀ ਕਿੱਧਰ ਗਏ ਲਾਡੀ ਪਾਤਸ਼ਾਹ ਜੀ ਉਹ ਪਤਾ ਨਹੀਂ ਨੂਰ ਨੂੰ ਖੜਾਉਣ ਗਏ ਆ ਕਿੱਥੇ ਲਾਡੀ ਪਾਤਸ਼ਾਹ ਜੀ ਮੈਂ ਤਾਂ ਕਿ ਨੂਰ ਨੂੰ ਖੜਾਈ ਜਾਂਦੇ ਹਾਂ ਮਹਾਰਾਜ ਗੱਲ ਕੀ ਹੈ ਹਾਂਜੀ ਮੁੰਡਿਆਂ ਨੂੰ ਜਾਂ ਇੱਧਰ ਕਰਾ ਦਿਓ ਜਾਂ ਇੱਧਰ ਕਰਾ ਦਿਓ ਉਹਨੂੰ ਸਾਈਡ 'ਤੇ ਕਰਾ ਦਿਓ ਨੀ ਅੱਖ ਮੇਰੀ ਲੜ ਗਈ ਨੀ ਅੱਖ ਮੇਰੀ ਲੜ ਗਈ ਨੀ ਅੱਖ ਮੇਰੀ ਨੀ ਅੱਖ ਮੇਰੀ ਨੀ ਅੱਖ ਮੇਰੀ ਲੜ ਗਈ ਨੀ ਅੱਖ ਮੇਰੀ ਲੜ ਗਈ ਨੀ ਅੱਖ ਮੇਰੀ ਲੜ ਗਈ ਕਿਹਦੀ ਕਿਹਦੀ ਅੱਖ ਲੜੀ ਜਰਾ ਉੱਪਰ ਹੱਥ ਖੜੇ ਕਰਕੇ ਦੱਸ ਦਿਓ ਬਸ ਤਿੰਨਾਂ ਚਾਰਾਂ ਦੀ ਲੜੀ ਹੈ ਇਹ ਮੁੱਕਰ ਗਏ ਲੱਗਦੇ ਆ ਜਿਹਦੀ ਲੜੀ ਹੈ ਜਦੋਂ ਹੱਥ ਉੱਪਰ ਕਰਕੇ ਤਾਲੀਆਂ ਵਜਾ ਦਿਓ ਜ਼ੋਰਦਾਰ ਜਰਾ ਪਤਾ ਲੱਗੇ ਸਵਾਦ ਜਿਹਾ ਹੋਵੇ ਨੀ ਅੱਖ ਮੇਰੀ ਲੜ ਗਈ
ਨੀ ਅੱਖ ਮੇਰੀ ਲੜ ਗਈ ਨੀ ਸੋਹਣੇ ਖਵਾਜਾ ਪੀਰ ਦੇ ਨਾਲ ਅੱਗ ਮੇਰੀ ਲੜ ਗਈ ਖਵਾਜਾ ਪੀਰ ਦੇ ਨਾਲ ਜਿਹਦੀ ਲੜੀ ਹੈ ਜਰਾ ਹੁਣ ਤਾਲੀਆਂ ਵਜਾ ਕੇ ਦੱਸੋ ਜਰਾ ਜ਼ੋਰਦਾਰ ਤਾਲੀਆਂ ਖਵਾਜਾ ਪੀਰ ਸਰਕਾਰ ਇਹ ਮੈਂ ਤਾਂ ਗਾਉਣ ਲੱਗਿਆ ਕਿਉਂਕਿ ਜਿੰਨੇ ਬੈਠੇ ਆ ਖਵਾਜਾ ਪੀਰ ਸਰਕਾਰ ਦੇ ਆਸ਼ਕ ਬੈਠੇ ਆ ਖਵਾਜਾ ਸਰਕਾਰ ਦੇ ਆਸ਼ਕ ਬੈਠੇ ਆ ਤੇ ਦੀਦੀ ਸਰਕਾਰ ਦੀ ਸੱਚੀ ਲੜੀ ਹੈ ਨੀ ਅੱਖ ਮੇਰੀ ਲੜ ਗਈ ਅੱਖ ਮੇਰੀ ਲੜ ਗਈ ਲੜ ਗਈ ਨੀ ਖਵਾਜਾ ਪੀਰ ਦੇ ਨਾਲ ਸੋਹਣੇ ਖਵਾਜਾ ਦੇ ਨਾਲ ਅੱਖ ਮੇਰੀ ਲੜ ਗਈ ਨੀ ਸੋਹਣੇ ਖਵਾਜਾ ਦੇ ਨਾਲ ਅੱਖ ਮੇਰੀ ਲੜ ਗਈ ਨੀ ਸੋਹਣੇ ਖਵਾਜਾ ਦੇ ਨਾਲ ਨੀ ਅੱਖ ਮੇਰੀ ਲੜ ਗਈ ਨੀ ਸਹੀਓ ਖਵਾਜਾ ਪੀਰ ਦੇ ਨਾਲ ਅੱਖ ਮੇਰੀ ਲੜ ਗਈ ਨੀ ਸਹੀਓ ਖਵਾਜਾ ਪੀਰ ਦੇ ਨਾਲ ਅੱਖ ਮੇਰੀ ਲੜ ਗਈ ਨੀ ਸੋਹਣੇ ਖਵਾਜਾ ਪੀਰ ਦੇ ਨਾਲ ਇਸ਼ਕ ਤੇਰੇ ਨੇ ਮੈਨੂੰ ਕਮਲੀ ਕੀਤਾ ਪਾਉਂਦੀ ਫਿਰਾ ਤਾਂ ਮਹਾਲ ਅੱਖ ਮੇਰੀ ਲੜ ਗਈ ਨੀ ਸੋਹਣੇ ਖਵਾਜਾ ਦੇ ਨਾਲ ਅੱਖ ਮੇਰੀ ਲੜ ਗਈ ਨੀ ਸੋਹਣੇ ਖਵਾਜਾ ਪੀਰ ਦੇ ਨਾਲ ਨੀ ਅੱਖ ਮੇਰੀ ਲੜ ਗਈ ਅਮਲਾਂ ਵਾਲੇ ਲੰਘ ਲੰਘ ਜਾਂਦੇ ਅਮਲਾਂ ਵਾਲੇ ਲੰਘ ਲੰਘ ਜਾਂਦੇ ਕਾਬੁਲ ਗੋਤੇ ਖਾਂਦੇ ਅਕਲਾਂ ਵਾਲੇ ਲੰਘ ਲੰਘ ਜਾਂਦੇ ਕਾਬੁਲ ਗੋਤੇ ਖਾਂਦੇ ਕਾਮਲ ਪੀਰ ਜਿਨ੍ਹਾਂ ਦੇ ਅੱਖ ਮੇਰੀ ਲੜ ਗਈ ਨੀ ਅੱਖ ਮੇਰੀ ਲੜ ਗਈ ਨੀ ਸੋਹਣੇ ਖਵਾਜਾ ਪੀਰ ਦੇ ਨਾਲ ਮਹਾਲੀ ਅੱਖ ਮੇਰੀ ਲੜ ਗਈ ਨੀ ਸੋਹਣੇ ਖਵਾਜਾ ਪੀਰ ਦੇ ਨਾਲ ਸਾਈਂ ਸੋਨੂ ਓ
ਟੁਰ ਗਏ ਯਾਰ ਮੁਹੱਬਤਾਂ ਵਾਲੇ ਟੁਰ ਗਏ ਯਾਰ ਮੁਹੱਬਤਾਂ ਵਾਲੇ ਟੁਰ ਗਏ ਯਾਰ ਮੁਹੱਬਤਾਂ ਵਾਲੇ ਤੇ ਲੈ ਕੇ ਨਾਲੇ ਹੱਸੇ ਏ ਮੇਰੇ ਨਾਲੇ ਹੱਸੇ ਟੁਰ ਗਏ ਯਾਰ ਮੁਹੱਬਤਾਂ ਵਾਲੇ ਟੁਰ ਗਏ ਯਾਰ ਮੁਹੱਬਤਾਂ ਵਾਲੇ ਉਹ ਲੈ ਗਏ ਨਾਲੇ ਹੱਸੇ ਲੈ ਗਏ ਨਾਲੇ ਹੱਸੇ ਲੈ ਗਏ ਨਾਲੇ ਹੱਸੇ ਹੁਣ ਦਿਲ ਨਹੀਂ ਲੱਗਦਾ ਮੈਂ ਕਿਹਾ ਯਾਰ ਮੁਹੰਮਦ ਦਿਲ ਨਹੀਂ ਲੱਗਦਾ ਮੈਂ ਕਿਹਾ ਯਾਰ ਮੁਹੰਮਦ ਆ ਦਿਲ ਨਹੀਂ ਲੱਗਦਾ ਯਾਰ ਮੁਹੰਮਦ ਕਿਹੜੇ ਪਾਸੇ ਅੱਖ ਮੇਰੀ ਲੜ ਗਈ ਨੀ ਸੋਹਣੇ ਖਵਾਜਾ ਪੀਰ ਦੇ ਨਾਲ ਅੱਖ ਮੇਰੀ ਲੜ ਗਈ ਇਸ਼ਕ ਤੇਰੇ ਨੇ ਮੈਨੂੰ ਕਮਲੀ ਕੀਤਾ ਇਸ਼ਕ ਤੇਰੇ ਨੇ ਮੈਨੂੰ ਕਮਲੀ ਕੀਤਾ ਅੱਜ ਪਾਉਂਦੀ ਫਿਰਾ ਧਮਾਲ ਅੱਖ ਮੇਰੀ ਲੜ ਗਈ ਨੀ ਸੋ ਖਵਾਜਾ ਪੀਰ ਦੇ ਨਾਲ ਨੀ ਅੱਖ ਮੇਰੀ ਲੜ ਗਈ ਸਾਈਂ ਸੁਨ ਜੀ ਸਾਈਂ ਰਮੇਸ਼ ਸ਼ਾਹ ਜੀ ਸਰਕਾਰ ਮੈਂ ਕਿਹਾ ਲੱਖਾਂ ਬੇਰ ਬੇਰੀ ਨੂੰ ਲੱਗਦੇ ਲੱਖਾਂ ਬੇਰ ਬੇਰੀ ਨੂੰ ਲੱਗਦੇ ਤੇ ਝੜ ਜਾਂਦੇ ਨੇ ਕੱਚੇ ਮੈਂ ਕਿਹਾ ਜਿਹੜੇ ਪੱਕੇ ਹੋਣ ਮੁਹੰਮਦ ਸਹਿੰਦੇ ਪੱਤੇ ਅੱਖ ਮੇਰੀ ਲੜ ਗਈ ਨੀ ਸੋਹਣੇ ਖਵਾਜਾ ਪੀਰ ਦੇ ਨਾਲ ਅੱਖ ਮੇਰੀ ਲੜ ਗਈ ਅੱਖ ਮੇਰੀ ਲੜ ਗਈ ਨੀ ਅੱਖ ਮੇਰੀ ਲੜ ਗਈ ਨੀ ਸੋਹਣੇ ਖਵਾਜਾ ਪੀਰ ਦੇ ਨਾਲ ਅੱਖ ਮੇਰੀ ਆ ਇਸ਼ਕ ਤੇਰੇ ਨੇ ਮੈਨੂੰ ਕਮਲੀ ਕੀਤਾ ਪਾਉਂਦੀ ਫਿਰਾ ਧਮਾਲ ਅੱਖ ਮੇਰੀ ਲੜ ਗਈ ਨੀ ਸੋ ਖਵਾਜਾ ਪੀਰ ਦੇ ਨਾਲ ਲੜ ਗਈ ਹਵਾਲੇ ਤੇਰੇ ਮੇਲੇ ਚਾਰ ਦਿਨਾਂ ਦੇ ਮੇਲੇ ਚਾਰ ਦਿਨਾਂ ਦੇ ਮੇਲੇ ਚਾਰ ਦਿਨਾਂ ਦੇ ਮੇਲੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋ ਗਈ ਉਸ ਦਿਨ ਈਦ ਮੁਬਾਰਕ ਹੋ ਗਈ ਉਸ ਦਿਨ ਈਦ ਮੁਬਾਰਕ ਹੋ ਗਈ ਜਿਸ ਦਿਨ ਫੇਰ ਮਿਲਾਂਗੇ ਅੱਖ ਮੇਰੀ ਲੜ ਗਈ ਨੀ ਸੋਹਣੇ ਖਵਾਜਾ ਪੀਰ ਦੇ ਨਾਲ ਮੈਨੂੰ ਕਮਲੀ ਕੀਤਾ ਅੱਜ ਪਾਉਂਦੀ ਫਿਰਾ ਧਮਾਲ ਅੱਖ ਮੇਰੀ ਲੜ ਗਈ ਨੀ ਸੋਹਣ ਖਵਾਜਾ ਪੀਰ ਦੇ ਨਾਲ ਲੜ ਗਈ ਸੋਹਣ
اک میری لڑ گئی او اک میری لڑ گئی خواجہ پیر دے نال اسی حاضری اس مقدس دربار وچ بوٹا محمد جی تے سرکارا والوں بہت سارا آشیرواد بہت سارا پیار ملیا ہے سارے دے اسی شکر گزار ہیں جنہاں جنہاں نے بھی بہت سارا مان کیتا تے لاڈی بادشاہ جی ساڈے جنہاں دا بہت وڈا اپرالا ہوندا ہے دیدی سرکار تے لاڈی بادشاہ جی کے ہر سالے بہت وڈا سرکاراں دا اورس مناؤندے ہے تہاڈے سب دے پیار دے نال تے انہاں دا بہت وڈا اپرالا ہے جس اورس دے وچ اپاں سارے اکٹھے ہوئے ہیں تے بوٹا محمد جی اس اورس دے وچ ہاں جی ایک ہور دیکھ لینا کی کہتے ہیں اور پھر اگلی حاضری نال بوٹا محمد جی میں میرا خیال لاسٹ حاضری کہہ دوں سو سارے فقیران والوں دیدی سرکار والوں میری مرشدہ دے مرشد بی بی سرکار اودیسیاں تو انہاں دے سیوادار گرنام پا جی بی بی ماں امرجیت سارے والوں بہت سارا آشیرواد سائیں رامے شاہ جی والوں آشیرواد سائیں سونو شاہ جی والوں آشیرواد میری مہنت ماں سونیا ماں اچھا آئی سی ماں کرنا ماں جی داتا جی داتا علی ام شاہ سرکار دے غلام داتا جی دے ناتے بہت سارا آشیرواد دیندے میں تنوانی ہے داتا جی ہن جڑے جڑے ساری سنگت نوں میں بینتی کردا کہ جنہاں نے کلیا شریف والے صابر پیا سرکار دا نام سنیا اک واری زوردار تالیاں بجا کے داتا جی آج منت کی نام ہے منت 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 باجوا آجو آجو اوپرے آجو یہ آن والے سٹار ہے انہاں تے جدو رحمتہ ہونیاں پھر انہاں نے پہلے پیسے لیا کرنے پھر گڈی جو اتر کے آیا کرنے بڑی مہربانی ہو جانی یہ بیٹا سارے ڈگ ڈگ کے شیار ہوندے آشو بھی دی ڈگ ڈگ کے شیار ہوئی ہے نہیں تو پہلے ڈگیا ہے کلیئر کلیئر کلیا شریف دے روجے تے کھڑ کے ایک ماں ساڈی فریاد کردی ہے کیونکہ بابا بھولے شاہ نے لکھیا کوئی رنگ ساوا کوئی رنگ پیڑا تے کوئی لال گلابی کردا کوئی رنگ ساوا کوئی رنگ پیڑا کوئی لال گلابی کردا بھلے شاہ رنگ مرشد والا اوے کسے کسے تے چڑھدا یار کسے کسے تے چڑھدا او ماں ساڈی فریاد کردی ہے روجے تے کھڑ کے کہندی کہندی ہے کلیئر والیا رنگ ساجا اے چنری ہنگ مسکین دی رنگ کنا سونا منگیا گنا با جی رنگ ہووے خاص مدینے دا آہا
رنگ ہووے خاص مدینے دا رنگی ہووے موئنو دین دی کلیر والے رنگ ساجا چنری رنگ مسکین آجو جی ون ٹی ون ٹو تھری وا رنگ چڑھا دے میں جڑے فقیر ہے وہ اللہ دا نام ہی جپ دے چاہے بی بی فاطمہ جنت دی چابی ماں کول ہے پر سب نے جپیا لائے لادا لائے لادا رنگ چڑھا دے میں 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 بچ بیل مجمل پا دے میں گلزار ہوے جاسین دی I'm gonna
ਇਹਦਾ ਅੰਤਰਾ ਕੱਟਣ ਲੱਗਾ ਇੱਕ ਹਾਜ਼ਰੀ ਵਿੱਚ ਹੀ ਹੈ ਇੱਕ ਵਾਰੀ ਦਾਤਾ ਲਈ ਅਮਸ਼ਾ ਸਰਕਾਰ ਦੇ ਨਾਂ ਤੇ ਜ਼ੋਰਦਾਰ ਤਾਲੀਆਂ ਮੇਰੇ ਦਾਤਾ ਜੀ ਨਾਲ ਰੋਜਾ ਸ਼ਰੀਫ ਮੰਡਾਲੀ ਉਹਨਾਂ ਨੇ ਜਦੋਂ ਚਾਹ ਬਣਾਈ ਤੇ ਪੈਰਾਂ ਚੋਂ ਸਾਰਿਆਂ ਨੂੰ ਪਤਾ ਕਿ ਉਹਨਾਂ ਦਾ ਪੈਰਾਂ ਚੋਂ ਖੂਨ ਤੇ ਪਾਕ ਜਾ ਰਹੀ ਸੀ ਬੜੀਆਂ ਕੁਆਲੀਆਂ ਬਣੀਆਂ ਧੂਣਾ ਸੇਕਿਆ ਹੱਡਾਂ ਨੂੰ ਅੱਗ ਲਾ ਗਿਓ ਯਾਰਾ ਤੇਰੀ ਦੀਦ ਬਦਲੇ ਐਵੇਂ ਨਹੀਂ ਬਣੀਆਂ ਸੱਚੀ ਧੂਣਾ ਲਾਇਆ ਆਪਣੇ ਹੱਡੀਆਂ ਨੂੰ ਜਲਾ ਲਿਆ ਮੇਰੀ ਸਰਕਾਰ ਨੇ ਜ਼ਿਕਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਫਕੀਰਾਂ ਦੀ ਲਾਜ ਰੱਖੀ ਦਾਤਾ ਜੀ ਨੇ ਦਾਤਾ ਜੀ ਵਾਸਤੇ ਜ਼ੋਰਦਾਰ ਤਾਲੀਆਂ ਜ਼ੋਰਦਾਰ ਤਾਲੀਆਂ ਇੱਕ ਕਵਾਲੀ ਖਾਨ ਸਾਹਿਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਗਾਈ ਹੈ ਉਹ ਕਹਿੰਦੇ ਵੀ ਯਾਰ ਨੂੰ ਮਨਾਉਣਾ ਹੋਵੇ ਤੇ ਕੀ ਕਰਨਾ ਚਾਹੀਦਾ ਯਾਰ ਨੂੰ ਮਨਾਉਣਾ ਹੀ ਮੁਸ਼ਕਿਲ ਕੰਮ ਹੈ ਚਾਹੇ ਉਹ ਸਾਡੇ ਕਾਲੀ ਨਾਲ ਸਰਕਾਰ ਕਿਉਂ ਨਾ ਹੋਵੇ ਯਾਰ ਨੂੰ ਮਨਾਉਣਾ ਔਖਾ ਹੈ ਤਾਲੀਆਂ ਜਰਾ ਮੈਂ ਲਾਸਟ ਗੱਲ ਕਹਿ ਕੇ ਖਿਮਾ ਮੰਗਣੀਆਂ ਜੇ ਤੂੰ ਰੱਬ ਨੂੰ ਮਨਾਉਣਾ ਜੇ ਤੂੰ ਰੱਬ ਨੂੰ ਮਨਾਉਣਾ ਪਹਿਲਾਂ ਯਾਰ ਨੂੰ ਮਨਾ ਜੇ ਤੂੰ ਰੱਬ ਨੂੰ ਮਨਾਉਣਾ ਜੇ ਤੂੰ ਰੱਬ ਨੂੰ ਮਨਾਉਣਾ ਪਹਿਲਾਂ ਯਾਰ ਨੂੰ ਮਨਾ ਰੱਬ ਮੰਨ ਜਾਂਦਾ ਯਾਰ ਨੂੰ ਮਨਾਉਣਾ ਔਖਾ ਜੇਤੂ ਰੱਬ ਨੂੰ ਮਨਾਉਣਾ ਜੇਤੂ ਰੱਬ ਨੂੰ ਮਨਾਉਣਾ ਪਹਿਲਾਂ ਯਾਰ ਨੂੰ ਮਨਾ ਜੇਤੂ ਰੱਬ ਨੂੰ ਮਨਾਉਣਾ ਪਹਿਲਾਂ ਯਾਰ ਨੂੰ ਮਨਾ ਰੱਬ ਮੰਨ ਜਾਂਦਾ ਯਾਰ ਨੂੰ ਮਨਾਉਣਾ ਹੈ ਔਖਾ ਹੈ ਜੇਤੂ ਰੱਬ ਨੂੰ ਮਨਾਉਣਾ ਪਹਿਲਾਂ ਯਾਰ ਨੂੰ ਮਨਾ ਪਹਿਲਾਂ ਯਾਰ ਨੂੰ ਮਨਾਉਣਾ ਹੈ ਔਖਾ ਜੇਤੂ ਰੱਬ ਨੂੰ ਮਨਾਉਣਾ ਪਹਿਲਾਂ ਯਾਰ ਨੂੰ ਮਨਾ ਰੱਬ ਮੰਨ ਜਾਂਦਾ ਯਾਰ ਨੂੰ ਮਨਾਉਣਾ ਔਖਾ ਹੈ ਬਣ ਕੰਜਰੀ ਤੂੰ ਫੁੱਲੇ ਵਾਂਗੂ ਘੁੰਗਰੂ ਵੀ ਪਾ ਬਣ ਕੰਜਰੀ ਤੂੰ ਫੁੱਲੇ ਵਾਂਗੂ ਘੁੰਗਰੂ ਵੀ ਪਾ ਰੱਬ ਮੰਨ ਜਾਂਦਾ ਯਾਰ ਨੂੰ ਮਨਾਉਣਾ ਔਖਾ ਹੈ ਜੇ ਤੂੰ ਰੱਬ ਨੂੰ ਮਨਾਉਣਾ ਵੇਖ ਤਾਰੀ ਕੇ ਜੇ ਤੂੰ ਜਿੱਤ ਵਿੱਚ ਵੇਖ ਹਾਰੀ ਕੇ ਯਾਰ ਜੋ ਤੈਨੂੰ ਕਹਿੰਦਾ ਉਹ ਕਰੀਏ ਦਿਖਾ ਯਾਰ ਜੋ ਤੈਨੂੰ ਕਹਿੰਦਾ ਉਹ ਕਰੀਏ ਦਿਖਾ ਰੱਬ ਮੰਨ ਜਾਂਦਾ ਯਾਰ ਨੂੰ ਮਨਾਉਣਾ ਔਖਾ ਹੈ ਤੂੰ ਰੱਬ ਨੂੰ ਮਨਾਉਣਾ ਜੈ ਪੀਰਾਂ ਦੀ ਜੈ ਜੈ ਪੀਰਾਂ ਦੀ ਜੈ ਹੁਣ ਮੇਰਾ ਟਾਈਮ ਸਮਾਪਤ ਹੈ ਹੁਣ ਬੋਲੋ ਸੰਗਤ ਪਿਆਰਿਓ ਖੋਜਾ ਪੀਰ ਦੀ ਜੈ ਬੋਲੋ ਸੰਗਤ ਪਿਆਰਿਓ ਖੋਜਾ ਪੀਰ ਦੀ ਜੈ ਬੋਲੋ ਸੰਗਤ ਪਿਆਰਿਓ ਖੋਜਾ ਪੀਰ ਦੀ ਜੈ ਖੋਜਾ ਪੀਰ ਦੀ ਜੈ ਹਾਂ ਖੋਜਾ ਪੀਰ ਦੀ ਜੈ ਸਿਆਣੇ ਕਹਿੰਦੇ ਭਾਈ ਰਾਮ ਜੀ ਦਾ ਗਿੱਧਾ ਭਾਵੇਂ ਪੁੱਠਾ ਅਤੇ ਭਾਵੇਂ ਜੇ ਤੁਹਾਨੂੰ ਸੂਫੀਆਨਾ ਕਲਾਮ ਚੰਗੇ ਲੱਗੇ ਹੋਣ ਹਾਂਜੀ ਇਹ ਤਾਂ ਗੱਲ ਸਹੀ ਹੈ ਸਿੱਧਾ ਹੀ ਸਿੱਧਾ
ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇੱਕ ਵਾਰੀ ਫਿਰ ਮੁਬਾਰਕਬਾਦ ਦੀਦੀ ਸਰਕਾਰ ਨੂੰ ਔਰ ਸਾਈ ਰਮੇਸ਼ ਸ਼ਾਹ ਜੀ ਸਾਈ ਸੋਨੂ ਸ਼ਾਹ ਜੀ ਮਾਈ ਕਿਰਨਾ ਜੀ ਔਰ ਸਾਡੇ ਬਾਬਾ ਜੀ ਔਰ ਉਦੇਸ਼ੀਆਂ ਸਰਕਾਰ ਤੋਂ ਜਿੰਨੀਆਂ ਸੰਗਤਾਂ ਆਈਆਂ ਨੇ ਸਭ ਦਾ ਬੜਾ ਸ਼ੁਕਰਗੁਜ਼ਾਰ ਹੈ ਬਹੁਤ ਬਹੁਤ ਮਿਹਰਬਾਨੀ ਅਗਲਾ ਜਿਹੜਾ ਸ਼ਡਿਊਲ ਹੈ ਅਗਲਾ ਜਿਹੜਾ ਜਿਨ੍ਹਾਂ ਦੀ ਵਾਰੀ ਹੈ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਆਸ਼ੂ ਜੀ ਔਰ ਇੱਧਰ ਸੱਜੇ ਪਾਸੇ ਇਹ ਮੈਂ ਨਹੀਂ ਬੁੱਢਾ ਹੋਣਾ ਬੁੱਢਾ ਇਹਨੇ ਵੀ ਨਹੀਂ ਹੋਣਾ ਜੱਸੀ ਸਾਡਾ ਔਰ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜਿਉਂਦੇ ਰਹੋ ਜਿਉਂਦੇ ਬਹੁਤ ਬਹੁਤ ਮਿਹਰਬਾਨੀ ਕਿਉਂਕਿ ਗੁਰੂ ਲੋਕ ਹਮੇਸ਼ਾ ਹੀ ਆਪਣਾ ਆਸ਼ੀਰਵਾਦ ਦਿੰਦੇ ਨੇ ਸੋ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਦਰਮਿਆਨ ਬਹੁਤ ਹੀ ਸਤਿਕਾਰਯੋਗ ਰਾਜ ਕੁਮਾਰ ਜੀ ਮਹਿਸ ਸਾਹਿਬ ਸਟੇਟ ਜਨਰਲ ਸੈਕਟਰੀ ਸੰਦੋਗੜ੍ਹ ਤੋਂ ਪਹੁੰਚੇ ਨੇ ਉਹਨਾਂ ਦੀ ਸਾਰੀ ਸੰਗਤ ਨੂੰ ਦਾਤਿਆਂ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਇੰਨਾ ਵਧੀਆ ਸਮਾਂ ਕੱਢ ਕੇ ਸਰਕਾਰ ਦੇ ਚਰਨਾਂ ਦੇ ਵਿੱਚ ਪਹੁੰਚੇ ਹੈ ਤੁਹਾਨੂੰ ਇਸ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਰਾਜ ਕੁਮਾਰ ਮਹਿ ਜੀ ਸਟੇਟ ਜਨਰਲ ਸੈਕਟਰੀ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ 26 ਮਈ ਨੂੰ ਪਿੰਡ ਮਹਿੰਦੀਪੁਰ ਦੇ ਵਿੱਚ ਨਜ਼ਦੀਕ ਬਲਾਚੌਰ ਪੀਰ ਬਾਬਾ ਵੰਕੇ ਸ਼ਾਹ ਜੀ ਨੁਗੱਜ਼ਾ ਪੀਰ ਦੇ ਵਿੱਚ ਇੱਕ ਬਹੁਤ ਭਾਰੀ ਪ੍ਰੋਗਰਾਮ ਹੋ ਰਿਹਾ ਹੈ ਵਿਸ਼ਾਲ ਪ੍ਰੋਗਰਾਮ ਹੋ ਰਿਹਾ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਜਿੰਨੇ ਵੀ ਮੇਰੇ ਦੋਸਤ ਮਿੱਤਰ ਵਿਛੌੜੀ ਤੋਂ ਮਾਂ ਭਗਵਤੀ ਸੇਵਾ ਦਲ ਦੇ ਮੈਂਬਰ ਸਾਹਿਬਾਨ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੋ ਆਓ ਜੀ ਨੈਕਸਟ ਮੈਂ ਹੈਂਡ ਓਵਰ ਕਰਨ ਜਾ ਰਿਹਾ ਮਾਈਕ ਮੈਡਮ ਆਸ਼ੂ ਜੀ ਮਾਈਕ ਬੰਦ ਕਰ ਦਿਓ ਕੋਰਸ ਵਾਲੇ ਸਾਰੇ ਇਸ ਪਾਕ ਮੁਕੱਦਸ ਸਰਦਲ ਤੇ ਬਾਪੂ ਰਮੇਸ਼ ਸ਼ਾਹ ਸਰਕਾਰ ਲੁਧਿਆਣੀ ਸ਼ਰੀਫ ਤੋਂ ਤਸ਼ਰੀਫ ਫਰਮਾ ਹੋਏ ਨੇ ਜੀ ਆਇਆਂ ਨੂੰ ਬਾਪੂ ਜੀ ਜਿਨ੍ਹਾਂ ਦਾ ਉਰਸ ਆ ਰਿਹਾ 6-7-8 ਜੂਨ ਨੂੰ ਇੱਕ ਵਾਰੀ ਤਾਲੀ ਵਜਾ ਕੇ ਆਪਣੇ ਵੱਲੋਂ ਸੰਗਤ ਮੁਬਾਰਕ ਦੇ ਦਿਓ ਪਰ ਖੁੱਲ੍ਹ ਕੇ ਤਾਲੀ ਹੋਏ ਪਤਾ ਲੱਗੇ ਕਿ ਤੁਸੀਂ ਪੀਰਾਂ ਫਕੀਰਾਂ ਸੰਤਾਂ ਮਹਾਂਪੁਰਸ਼ਾਂ ਦਾ ਕਿਵੇਂ ਸਤਿਕਾਰ ਕਰਦੇ ਹੋ ਔਰ ਮਿਆਣੀ ਤੋਂ ਅੰਮੀ ਫਾਤਿਮਾ ਜ਼ਾਰਾ ਦੇ ਦਰਬਾਰ ਤੋਂ ਸਾਈਂ ਸੋਨੂ ਸ਼ਾਹ ਸਰਕਾਰ ਤਸ਼ਰੀਫ ਫਰਮਾ ਹੋਏ ਨੇ ਜਿਨ੍ਹਾਂ ਦਾ ਉਰਸ 17 ਜੂਨ ਨੂੰ ਹੋ ਰਿਹਾ ਇੱਕ ਵਾਰੀ ਉਹਨਾਂ ਨੂੰ ਵੀ ਤਾਲੀ ਵਜਾ ਕੇ ਮੁਬਾਰਕ ਦੇ ਦਿਓ ਖੁੱਲ੍ਹ ਕੇ ਤਾਲੀਆਂ ਵਜਾ ਦਿਓ ਮਿਹਰਬਾਨੀ ਸ਼ੁਕਰੀਆ ਤੋ ਸਤਸੰਗ ਜੀ ਇੱਕ ਮੇਰੇ ਵੀਰ ਦਾ ਜਿਹੜਾ ਪਰਸ ਹੈ ਉਹ ਪੰਡਾਲ ਦੇ ਵਿੱਚ ਗੁੰਮ ਹੋ ਗਿਆ ਹੈ ਕਿਉਂਕਿ ਇਹ ਸਾਹਮਣੇ ਮੇਰੇ ਵੀਰ ਜੀ ਖੜ੍ਹੇ ਨੇ ਕਾਫੀ ਵਾਰ ਮੈਨਾਂ ਨੂੰ ਉਹਨਾਂ ਨੇ ਸੰਪਰਕ ਕੀਤਾ ਕਿ ਵੀਰ ਜੀ ਮੇਰਾ ਬਟੂਆ ਗੁੰਮ ਹੋ ਗਿਆ ਉਹਦੇ ਵਿੱਚ ਕੁਛ ਜ਼ਰੂਰੀ ਕਾਗਜ਼ਾਤ ਨੇ ਅਗਰ ਕਿਸੇ ਵੀ ਮੇਰੇ ਵੀਰ ਨੂੰ ਇਹ ਪਰਸ ਮਿਲੇ ਤਾਂ ਦਾਤਿਆਂ ਦੇ ਦਰਬਾਰ ਦੇ ਉੱਤੇ ਆਏ ਹਾਂ ਹੋਰ ਕੋਈ ਕਰਮ ਹੋਵੇ ਚਾਹੇ ਨਾ ਹੋਵੇ ਜੇ ਅਗਰ ਕਿਸੇ ਨੂੰ ਉਹ ਬਟੂਆ ਮਿਲਿਆ ਤਾਂ ਸਾਨੂੰ ਸਟੇਜ ਦੇ ਉੱਤੇ ਪਹੁੰਚਾ ਦੇਣ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਸਾਹਮਣੇ ਵੀਰ ਜੀ ਲਓ ਬਟੂਆ ਸਰਦਾਰ ਜੀ ਦੇ ਨਾਂ 'ਤੇ ਜ਼ੋਰ ਸ਼ੋਰ ਦੇ ਨਾਲ ਤਾਲੀਆਂ ਲਗਾਓ ਜੀ ਕਿਉਂਕਿ ਇਹਨੂੰ ਕਹਿੰਦੇ ਨੇ ਜਿਹੜੇ ਮੁਰਸ਼ਦ ਵਾਲੇ ਹੁੰਦੇ ਨੇ ਗੁਰੂ ਵਾਲੇ ਹੁੰਦੇ ਨੇ ਉਹ ਸਰਕਾਰਾਂ ਦੇ ਹੁਕਮ ਦੇ ਅੰਦਰ ਰਹਿੰਦੇ ਨੇ ਸੋ ਜ਼ੋਰ ਸ਼ੋਰ ਦੇ ਨਾਲ ਤਾਲੀਆਂ ਬਹੁਤ ਬਹੁਤ ਧੰਨਵਾਦ ਸਰਦਾਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਓ ਜੀ ਮੈਡਮ ਆਸ਼ੂ ਜੀ ਕਿਉਂਕਿ ਹੁਣ ਜਿਨ੍ਹਾਂ ਦਾ ਮੁਬਾਰਕ ਸਮਾਂ ਬੂਟਾ ਭਾਜੀ ਤੋਂ ਬਾਅਦ ਗੁਰਿੰਦਰ ਗੈਰੀ ਜੀ ਔਰ ਮੰਨਤ ਬਾਜਵਾ ਜੀ ਰੱਬ ਜੋੜੀ ਸਲਾਮਤ ਰੱਖੇ ਤੁਸੀਂ ਫੋਕ ਐਸਾ ਗਾਉਂਦੇ ਹੋ ਉਹ ਸਿੱਧੀ ਠਾ ਵੱਜਦੀ ਹੈ ਇੱਕ ਵਾਰੀ ਮਾਂ ਬੋਲੀ ਪੰਜਾਬੀ ਦੇ ਲਈ ਤਾਲੀਆਂ ਵਜਾ ਦਿਓ ਜਿਹੜੇ ਪੰਜਾਬੀ ਉਹ ਵਜਾਇਓ ਜਿਹੜੇ ਨਹੀਂ ਉਹ ਬੇਸ਼ੱਕ ਰਹਿਣ ਦਿਓ ਆ ਇੱਦਾਂ ਦਾ ਪੰਜਾਬ ਨੂੰ ਪਿਆਰ ਕਰਦੇ ਹੋ ਕਿਆ ਬਾਤ ਹੈ ਵਾਰੇ ਜਾਈਏ ਉਹ ਸੈਂਟਰਾਂ 'ਤੇ ਜਾ ਜਾ ਕੇ ਜਿਹੜੇ ਨਾਰੇ ਬੁਲਾਰੇ ਹੁੰਦੇ ਸੀ ਨਾ ਉਹ ਇਸ ਪੰਜਾਬੀ ਹੱਕ ਦੇ ਲਈ ਤਾਂ ਹੀ ਕਮਜ਼ੋਰ ਹੈ ਕਿਉਂਕਿ ਆਪਸ ਵਿੱਚ ਜੁੱਟ ਹੈ ਨਹੀਂ ਇੱਕ ਜੁੱਟ ਨਹੀਂ ਅਸੀਂ ਲੋਕ ਭਰਵੀਂ ਤਾੜੀ ਵਜਾਓ ਮਾਂ ਬੋਲੀ ਪੰਜਾਬੀ ਦੇ ਲਈ ਜੇ ਸੱਚੀ ਮੁੱਚੀ ਪੰਜਾਬੀ ਹੋ ਇਹ ਕਹਿ ਕੇ ਤਾਲੀਆਂ ਵਜਵਾਉਣੀਆਂ ਪੈਂਦੀਆਂ ਕਿਉਂਕਿ ਅੱਜ ਮਾਂ ਬੋਲੀ ਪੰਜਾਬੀ ਲੀਥੜੇ ਲੀਥੜੇ ਹੋ ਕੇ ਸਾਡੇ ਲੋਕਾਂ 'ਤੇ ਰੋ ਰਹੀ ਹੈ ਕੀ ਹਾਲ ਕਰ ਦਿੱਤਾ ਤੁਸੀਂ ਸਾਡਾ ਇਹ ਮਾਂ ਬੋਲੀ ਪੰਜਾਬੀ ਦੀ ਦੁਰਦਸ਼ਾ ਹੈ ਇੱਕ ਤਾਲੀ ਜਿਹੜੇ ਆਪਣੇ ਘਰ ਬਾਰ ਛੱਡ ਕੇ ਜਿਨ੍ਹਾਂ 'ਤੇ ਕਰਕੇ ਅੱਜ ਅਸੀਂ ਲੋਕ ਆਜ਼ਾਦ ਘੁੰਮਦੇ ਹਾਂ ਬਾਰਡਰਾਂ 'ਤੇ ਬੈਠੀ ਜਿਹੜੀ ਆਰਮੀ ਹੈ
सिक्योरिटी जड़ी करते ने बीएसएफ की पुलिस डिपार्टमेंट की आर्मी की एक खुल के तालियां बजाओ एक फौजी मरदा ना जदों ते ता निकलती है वो तो पता नहीं कितनी कुर्बानियां देंदे ने इस देश दे लई कि मेरे देश बेकदरी बंदियां दी देवी मखसूसपुरी साहब दा लिखिया शेर एक बारी ताली बजाओ देवी भाजी दे लई कि मेरे देश बेकदरी बंदियां दी पत्थरां नूं हुंदे सजदे ने मेरे देश बेकदरी बंदियां दी ओए पत्थरां नूं हुंदे सजदे ने इत्थे धक्के पैंदे जिंदियां नूं ते मरियां दे मेले लगदे ने मेरे देश विच फनकार कई रोटी दे दुखों मरदे ने मेरे देश विच फनकार कई ओए रोटी दे दुखों मरदे ने उहनां दे मरियां तो फेर कई पैसे इकट्ठे करदे ने नहीं पुछदे रुलदे टब्बरां नूं ए भुखे आपणा रजदे ने फुल्लां जिहे मखसूसपुरी दा पत्थरां विच ना जी लगदा फुल्लां जिहे मखसूसपुरी दा पत्थरां विच ना जी लगदा इत्थे खोटे सिक्के चलदे ने खरियां नूं ठेडे वजदे ने जे गल सच्ची आ तां ताड़ी वजायो नहीं ते घरे लै जाइओ लगो के हक लई वजाया करो ए हक सच दी गलबात है जो मैं गल करती हूँ तुम है ना थोड़ा जहा उदा का म्यूजिक ना दो फिर मैं गल ही भुल जाती है क्योंकि मैं स्पैशली गुरिंदर गैरी जी और मन्नत बाजवा जी उन्होंने मंच से बुलाने तो पहला ये समर्पित कीतिया ने अपने पंजाब पंजाबीयत माँ बोली पंजाबी ज्यों दी वसदी रहे साडी माँ सो इधर सुर सुर च हो जाए उस तो बाद उस खूबसूरत हाजरी नूं असीं सारे मंच से सद्दा देवांगे बड़े प्यार नाल उस हाजरी नूं सुनना है और उस तो बाद सरदार अली जी उन्हां दा मुबारक समा होएगा एक बारी तालियां बजा दिओ सारिआं लई माफी मंगदे मम्मा तुहाडे तों बैठ जाण सो देसीआं तों बहुत सारा आशीर्वाद पता मैनू तो साडे मम्मी जी उन्हां वल्लों बहुत सारा आशीर्वाद दीदी सरकार किरणा माई जी उदेसियां तो साडी अम्मी सरकार दे दरबार तो बहुत सारा आशीर्वाद शुक्रिया जी शुक्रिया सो सुर सुर च कर लो उस तो बाद उस खूबसूरत हाजरी नूं बिल्कुल मंच ते सद्दा दे रहे हां गुरिंदर जी और मन्नत बाजवा उन्हां दी खूबसूरत हाजरी होएगी थैंक यू तो साढ़े गगन भाजी उन्होंने बहुत बार मैनू गुजारिश की है क्योंकि कल सवेर तो सुबह तक साढ़े बहुत ही सत्कारयोग सरदार बहादुर सतनाम सिंह जी अडिशनल एस एच ओ साहब पोजेवाल उन्हों का बहुत बहुत धन्यवाद जेडे कि कल सवेर तो लैके सुबह तक अपनी हाजिरी भर रहे हैं सरदार बहादुर मलकीत सिंह जी एस आई साहब परमजीत सिंह जी जसवीर सिंह जी एस आई साहब साढ़े राम गोपाल जी एच सी ते करमवीर सिंह जी सुरेंद्रपाल जी पंजाब पुलिस तो जेडे कि कल सवेर तो लैके अज की सवेर तक इस तरह अपनी सेवा निभा रहे हैं असं उन्होंने बहुत बहुत धन्यवादी हैं दरबार दर बुलाइए जी हो गया सुर सुर च बुला लिए ठीक है जी क्योंकि इन्हों तो बाद जनाब सरदार अली जी उन्हों का मुबारक समा होएगा सो आओ एक लोक गायकी का एक बहुत सोहना श्रृंगार है गुरिंदर गुरी जी और मन्नत बाजवा जी मैं मंच से उन्होंने सद्दा देवगी सो बजा दो जी तुसी प्लीज थैंक यू सो तुसी पुरजोर तालियां बजा दो थैंक यू गुरिंदर गैरी और मन्नत बाजवा थैंक यू मन्नत आ जाओ तुहाडा नाम ही असीं बोलते रह जाना हद हो गई कमाल हो रही है मैं कहा तुहानूं बुलाउणी भुली कहिणी आउंदी
Hey!